ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ। ਔਰ ਅੱਜ ਓਮ ਗਲੋਬਲ ਤੋਂ ਵੀਜ਼ਾ ਮਾਹਰ, ਵੀਜ਼ਾ ਐਕਸਪਰਟ ਪੁਨੀਤ ਖੰਨਾ ਜੀ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ। ਸੋ ਬਹੁਤ ਕਾਹਲੀ ਦੇ ਵਿੱਚ ਉਹਨਾਂ ਨੂੰ ਸਟੂਡੀਓ ਵਿੱਚ ਬੁਲਾਇਆ, ਕਿਉਂਕਿ ਕੁਛ ਇੱਕ ਤਬਦੀਲੀਆਂ ਆਉਂਦੀਆਂ ਨਜ਼ਰ ਆਈਆਂ, ਕੁਛ ਇੱਕ ਅਨਐਕਸਪੈਕਟਿਡ ਰਿਜ਼ਲਟਸ ਜਿਹੜੇ ਨੇ ਕੈਨੇਡਾ ਦੇਣੇ ਸ਼ੁਰੂ ਕਰ ਦਿੱਤੇ ਸੀ। ਕਿਉਂਕਿ ਹਾਲਾਂਕਿ ਮੁਲਾਕਾਤ ਦਾ ਸਮਾਂ ਤਾਂ ਅਗਲੇ ਹਫ਼ਤੇ ਦਾ ਸੀ, ਪਰ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਜਦੋਂ ਆਫ ਦੀ ਰਿਕਾਰਡ ਫੋਨ 'ਤੇ ਗੱਲ ਹੋ ਰਹੀ ਸੀ ਕਿ ਕੈਨੇਡਾ ਨੇ ਐਸੇ ਰਿਜ਼ਲਟਸ ਦੇਣੇ ਸ਼ੁਰੂ ਕਰ ਦਿੱਤੇ ਜਿਹੜੇ ਕਦੀ ਸੋਚੇ ਨਹੀਂ ਸੀ। ਹੁਣ ਰਿਜ਼ਲਟਸ ਉਹ ਚੰਗੇ ਆ ਜਾਂ ਮਾੜੇ ਆ, ਪੋਜ਼ਿਟਿਵ ਆ, ਨੈਗੇਟਿਵ ਆ, ਬੱਚਿਆਂ ਦੇ ਹੱਕ 'ਚ ਆ ਜਾਂ ਬੱਚੇ ਦੇ ਅਗੇਂਸਟ ਆ, ਉਸ ਬਾਰੇ ਚਰਚਾ ਕਰਾਂਗੇ ਪੁਨੀਤ ਖੰਨਾ ਹੁਣਾਂ ਦੇ ਨਾਲ। ਜੇਕਰ ਤੁਸੀਂ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕੀਤਾ ਹੋਇਆ ਜਾਂ ਅਪਲਾਈ ਕਰਨਾ ਚਾਹੁੰਦੇ ਹੋ, ਵੇਟ ਕਰ ਰਹੇ ਸੀ ਕਿ ਕੈਨੇਡਾ ਇੱਕ ਵਾਰ ਖੁੱਲ੍ਹ ਜੇ, ਜਾਂ ਤਿਆਰੀ ਆ, ਕਿਸੇ ਕੰਸਲਟੈਂਟ ਨਾਲ ਮਿਲ ਲਿਓ ਇੱਕ ਦੋ ਵਾਰ, ਤਿੰਨ ਵਾਰ ਉਹਨੂੰ ਸਿਰਫ ਫਾਈਨਲ ਕਰ ਰਹੇ ਹੋ, ਕਿਸ ਏਜੰਟ ਕੋਲੋਂ ਜਾ ਕੇ, ਕੰਸਲਟੈਂਟ ਕੋਲੋਂ ਜਾ ਕੇ ਕੇਸ ਅਪਲਾਈ ਕਰੀਏ, ਤਾਂ ਅਗਲੇ 20-25 ਮਿੰਟ ਤੁਹਾਡੇ ਲਈ ਅਹਿਮ ਹੋ ਸਕਦੇ ਨੇ। ਇਹ ਸ਼ੋਅ ਕੈਨੇਡਾ ਜਾਣ ਵਾਲੇ ਬੱਚਿਆਂ ਲਈ ਬਹੁਤ ਖਾਸ ਰਹੇਗਾ, ਚਾਹੇ ਤੁਸੀਂ ਕੇਸਿਸ ਅਪਲਾਈ ਕੀਤੇ ਨੇ, ਚਾਹੇ ਤੁਸੀਂ ਕਰਨਾ ਹੈ। ਪੁਨੀਤ ਖੰਨਾ ਨਾਲ ਦਾ ਸਵਾਗਤ ਕਰ ਲੈਂਦੇ ਹਾਂ। ਸ਼ੋਅ ਨੂੰ 20-25 ਮਿੰਟ ਧਿਆਨ ਨਾਲ ਸੁਣੋ, ਕੋਈ ਸਵਾਲ ਤੁਹਾਨੂੰ ਲੱਗਦਾ ਹੈ, ਤੁਹਾਡੇ ਮਤਲਬ ਦੀ ਗੱਲ ਲੱਗਦੀ ਹੈ ਜਾਂ ਕੋਈ ਐਸੀ ਗੱਲ ਜਿਹੜੀ ਤੁਹਾਨੂੰ ਲੱਗਦੀ ਹੈ ਕਿ ਇਸ ਸ਼ੋਅ ਸਾਨੂੰ ਪੁੱਛਣੀ ਚਾਹੀਦੀ ਹੈ, ਇਸ ਲਾਈਵ ਸ਼ੋਅ ਦੇ ਵਿੱਚ ਸਾਨੂੰ ਹੁਣੇ ਕਾਲ ਕਰ ਸਕਦੇ ਹੋ, ਤਾਂ ਕਿ ਤੁਹਾਡੇ ਸਵਾਲ ਸਾਡੇ ਤੱਕ ਪਹੁੰਚ ਸਕਣ ਔਰ ਪੁਨੀਤ ਖੰਨਾ ਜੀ ਉਹਨਾਂ ਦਾ ਜਵਾਬ ਦੇ ਸਕਣ। ਨੰਬਰ ਨੋਟ ਕਰ ਲਵੋ, 9291-161-9216 9216197। ਖੰਨਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਮਨੀਸ਼ ਜੀ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸੋ ਖੰਨਾ ਸਾਹਿਬ, ਆਪਾਂ ਜਿਵੇਂ ਆਫ ਦੀ ਰਿਕਾਰਡ ਸਵੇਰੇ ਗੱਲ ਕਰ ਰਹੇ ਸੀ ਕਿ ਕੈਨੇਡਾ ਨੇ ਅਨਐਕਸਪੈਕਟਿਡ ਰਿਜ਼ਲਟਸ ਦੇਣੇ ਸ਼ੁਰੂ ਕਰ ਦਿੱਤੇ, ਸੋਚਿਆ ਵੀ ਨਹੀਂ ਸੀ ਕੈਨੇਡਾ ਮਤਲਬ ਇੰਨਾ ਇਸ ਤਰ੍ਹਾਂ ਦਾ ਕੋਈ ਰੁੱਖ ਕਰ ਲੂਗਾ ਜੀ। ਕੀ ਖਬਰ ਆ ਸਟੂਡੈਂਟ ਲਈ, ਚੰਗੀ ਖਬਰ ਆ, ਮਾੜੀ ਖਬਰ ਆ, ਪੇਰੈਂਟਸ ਲਈ ਕੀ ਖਬਰ ਆ? ਦੇਖੋ, ਬੜੀਆਂ ਅਪਡੇਟਸ ਜੇ ਪਿਛਲੇ ਕੁਛ ਦਿਨਾਂ ਦੀ ਗੱਲ ਕਰ ਲਈਏ ਤਾਂ ਕੈਨੇਡਾ ਦੇ ਵਿੱਚ ਬੜਾ ਕੁਛ, ਮਤਲਬ ਇਹ ਉੱਦਾਂ ਦੀਆਂ ਚੀਜ਼ਾਂ ਜਿਹੜੀਆਂ ਕਿਤੇ ਪਬਲਿਸ਼ ਨਹੀਂ ਹੁੰਦੀਆਂ। ਜਿਹੜਾ ਬੰਦਾ ਕੰਮ ਕਰਦਾ ਨਾ, ਇਹ ਫਸਟ ਹੈਂਡ ਇਨਫੋਰਮੇਸ਼ਨ ਹੈ ਜਿਹੜੀਆਂ ਕੰਮ ਕਰਕੇ ਪਤਾ ਲੱਗਦੀਆਂ, ਜਿਹੜੀਆਂ ਰਿਜ਼ਲਟਸ ਦੇ ਨਾਲ ਪਤਾ ਲੱਗਦੀਆਂ। ਜੇ ਪਿਛਲੇ ਇੱਕ ਹਫ਼ਤੇ ਦਾ ਟ੍ਰੈਂਡ ਕੱਢ ਲਾ, ਜੇ ਤੁਹਾਡੇ ਆਇਲਟਸ ਦੇ ਵਿੱਚੋਂ ਇੱਕ ਮੋਡਿਊਲ 'ਚੋਂ 5.5 ਬੈਂਡ ਨੇ, ਕਿਸੇ ਵੀ ਇੱਕ ਮੋਡਿਊਲ 'ਚੋਂ 5.5 ਬੈਂਡ ਨੇ, ਮੈਂ ਆਪ ਬਹੁਤ ਸਾਰੀਆਂ ਐਪਲੀਕੇਸ਼ਨਸ ਫੜੀਆਂ ਹੋਈਆਂ, ਐਮਬੈਸੀ ਦੇ ਵਿੱਚ ਲਾਈਆਂ ਹੋਈਆਂ, ਜਾਂ PTE ਕੀਤੀ ਹੋਈ ਹੈ ਤੁਸੀਂ, ਇੱਕ ਟ੍ਰੈਂਡ ਦੇਖਣ ਨੂੰ ਮਿਲਿਆ ਪਿਛਲੇ ਇੱਕ ਹਫ਼ਤੇ ਤੋਂ, ਇੱਕ 'ਚ 5.5 ਬੈਂਡ ਜਾਂ PTE ਵਾਲਾ ਸਟੂਡੈਂਟ ਜਿਹੜਾ ਹੈਗਾ ਵੈ, ਉਹਦੀ ਰਿਫਿਊਜ਼ਲ ਐਮਬੈਸੀ ਵੱਲੋਂ ਆਉਂਦੀ ਪਈ। ਦੁਬਾਰਾ AIP ਦਾ ਪ੍ਰੋਸੈਸ ਸ਼ੁਰੂ ਹੋ ਗਿਆ, ਜਿੱਥੇ AIP ਬੰਦ ਕਰਤੀ ਸੀ। ਜੇ ਇਸ ਪੂਰੇ ਹਫ਼ਤੇ ਦੀ ਗੱਲ ਕਰਾਂ, ਪੂਰੇ ਹਫ਼ਤੇ ਦੇ ਅੰਦਰ 20-30 ਜਿਹੜੀਆਂ AIPs ਨੇ ਜਿਹੜੀਆਂ ਸਟੂਡੈਂਟਸ ਦੀਆਂ ਆਈਆਂ, ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਜਿੰਨੀਆਂ AIPs ਆਈਆਂ ਉਹ 'ਚ ਮੈਕਸੀਮਮ ਸਟੂਡੈਂਟ 6E ਚਲੇ ਨੇ। ਸੋ ਦੋ ਚੀਜ਼ਾਂ ਜਿਹੜੀਆਂ ਇਸ ਇੱਕ ਹਫ਼ਤੇ 'ਚ ਦੇਖਣ ਨੂੰ ਮਿਲੀਆਂ ਕਿ ਜੇ ਆਇਲਟਸ ਦੇ ਵਿੱਚ ਤੁਹਾਡੇ 1 'ਚ 5.5 ਬੈਂਡ ਹੈ, ਜਾਂ ਪ੍ਰੋਸੈਸ ਦੇ ਵਿੱਚ ਫਾਈਲ ਅੰਦਰ ਪਈ ਹੈ, ਰਿਜ਼ਲਟ ਨਹੀਂ ਆਇਆ, ਜਾਂ ਵੀਜ਼ਾ ਰਿਫਿਊਜ਼ਲ ਆਉਂਦੀ ਪਈ ਹੈਗੀ ਹੈ। ਸੋ 5.5 ਬੈਂਡ ਵਾਲੇ, 1 'ਚ 5.5 ਬੈਂਡ ਵਾਲੇ, ਤਿਆਰੀ ਕਰ ਲਓ ਕਿ ਸ਼ਾਇਦ ਕਿਤੇ ਨਾ ਕਿਤੇ ਇਹ ਮਾੜੀ ਖਬਰ ਤੁਹਾਡੇ ਤੱਕ ਪਹੁੰਚ ਜਾਏ। ਦੂਜੇ ਪਾਸੇ ਜਿਹੜਾ ਰਿਜ਼ਲਟ ਪੋਜ਼ਿਟਿਵ ਆਇਆ, ਵੀਜ਼ੇ ਦੀ ਜਗ੍ਹਾ ਦੁਬਾਰਾ AIP ਵਾਲੇ ਪਾਸੇ ਹੋ ਗਈ ਐਮਬੈਸੀ, ਬਿਨਾਂ ਕਿਸੇ ਨੋਟੀਫਿਕੇਸ਼ਨ, ਬਿਨਾਂ ਕੋਈ ਅਨਾਊਂਸਮੈਂਟ ਦੇ, ਔਰ AIPs ਆਈਆਂ। ਇਹ ਵੀ ਹੈਰਾਨੀ ਵਾਲੀ ਚੀਜ਼ ਕੀ ਹੈ ਕਿ ਮੈਕਸੀਮਮ AIPs, ਆਈ ਵੁੱਡ ਸੇ ਕਿ ਜੇ 30 AIP ਆਈਆਂ ਤਾਂ ਉਹਦੇ 'ਚੋਂ 28-29 AIP 6E ਵਾਲਾ ਸਟੂਡੈਂਟ ਹੈਗਾ ਵੈ, 1 'ਚ 5.5 ਵਾਲਾ ਸਟੂਡੈਂਟ, ਸ਼ਾਇਦ 1 ਜਾਂ 2 ਸਟੂਡੈਂਟ ਨੇ ਟੋਟਲ। ਇਸ ਚੀਜ਼ ਦਾ ਖਿਆਲ ਰੱਖਿਓ, ਆਪਣੀ ਐਪਲੀਕੇਸ਼ਨ ਦੇਖੋ। ਮੈਂ ਅੱਗੇ ਵੀ ਕਹਿੰਦਾ, ਰਿਫਿਊਜ਼ਲ ਲੈਣੀ ਜਾਂ ਵੀਜ਼ਾ ਲੈਣਾ ਇਹ ਤੁਹਾਡੇ ਕੰਟਰੋਲ 'ਚ ਨਹੀਂ ਹੈਗਾ, ਇਹ ਕਿਸੇ ਦੇ ਹੱਥ 'ਚ ਨਹੀਂ, ਅੰਬੈਸੀ ਨੇ ਰਿਜ਼ਲਟ ਦੇਣਾ। ਇਹਨਾਂ ਚੀਜ਼ਾਂ ਤੋਂ ਇਹ ਪਤਾ ਲੱਗ ਜਾਂਦਾ ਕਿ ਅੱਜ ਦੀ ਡੇਟ ਦੇ ਵਿੱਚ ਕਿਸ ਤਰੀਕੇ ਦੇ ਪ੍ਰੋਫਾਈਲ ਨੂੰ, ਕਿਸ ਆਇਲ ਸਕੋਰ ਨੂੰ, ਕਿਸ ਪਰਸੈਂਟੇਜ ਨੂੰ, ਕਿਸ ਕਾਲਜ, ਕਿਸ ਯੂਨੀਵਰਸਿਟੀ, ਕਿਸ ਕੰਟਰੀ ਦੇ ਵਿੱਚ ਵੀਜ਼ਾ ਲੱਗਦਾ ਪਿਆ। ਜੇ ਇਹ ਚੀਜ਼ਾਂ ਤੁਸੀਂ ਨੋਟ ਕਰਦੇ ਰਹੋਗੇ, ਦੇਖਦੇ ਰਹੋਗੇ, ਰਿਫਿਊਜ਼ਲ ਚਾਂਸਿਸ ਆਟੋਮੈਟਿਕਲੀ ਬਹੁਤ ਜ਼ਿਆਦਾ ਘੱਟ ਜਾਂਦੇ ਆ ਜੀ। ਸੋ ਫਿਰ ਤੋਂ ਦੱਸ ਦਈਏ, ਜਿਹੜੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਨੇ, ਓਮ ਗਲੋਬਲ ਤੋਂ ਪੁਨੀਤ ਖੰਨਾ ਜੀ ਨੂੰ ਅੱਜ ਖਾਸ ਤੌਰ 'ਤੇ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਸੀ। 9-161-9216 ਨੰਬਰ 'ਤੇ ਕਾਲ ਕਰ ਸਕਦੇ ਹੋ ਜੇਕਰ ਕੈਨੇਡਾ ਦੀ ਫਾਈਲ ਲਗਾਈ ਹੋਈ ਹੈ ਜਾਂ ਕੈਨੇਡਾ ਦੀ ਫਾਈਲ ਲਾਉਣ ਬਾਰੇ ਸੋਚ ਰਹੇ ਹੋ, ਵਿਚਾਰ ਕਰ ਰਹੇ ਹੋ ਕਿਸ ਏਜੰਟ ਕੋਲੋਂ ਅਪਲਾਈ ਕਰੀਏ। ਅਗਲੇ 15 ਦਿਨ ਤੁਹਾਡੇ ਲਈ ਬਹੁਤ ਅਹਿਮ ਹੋਣਗੇ, ਕਿੰਨਾ ਕੋਲੋਂ ਜਾ ਕੇ ਤੁਸੀਂ ਕੇਸਿਸ ਅਪਲਾਈ ਕਰ ਸਕਦੇ ਹੋ। ਜਿਵੇਂ ਖੰਨਾ ਸਾਹਿਬ ਨੇ ਕਿਹਾ ਕਿ ਦੁਬਾਰਾ AIPs ਆਉਣੀਆਂ ਸ਼ੁਰੂ ਹੋ ਗਈਆਂ ਨੇ, ਪਹਿਲਾਂ ਲੋਕਡਾਊਨ ਤੋਂ ਬਾਅਦ ਕੋਰੋਨਾ ਵਾਇਰਸ ਦਾ ਜਦੋਂ ਪ੍ਰਕੋਪ ਸੀ, ਉਸ ਤੋਂ ਬਾਅਦ AIPs ਆਈਆਂ, ਉਸ ਤੋਂ ਬਾਅਦ ਵੀਜ਼ਾ ਸਟੈਂਪਿੰਗ ਦੀ ਗੱਲ ਕੀਤੀ ਕਿਉਂਕਿ ਸਭ ਕੁਝ ਖੁੱਲ੍ਹ ਗਿਆ। ਕੁਛ ਇੱਕ ਵੀਜ਼ੇ ਐਸੇ ਵੀ ਹੈ ਕਿ ਡਾਇਰੈਕਟ ਪਾਸਪੋਰਟ ਸਬਮਿਸ਼ਨ ਦੀ ਰਿਕੁਐਸਟ ਆ ਗਈ। ਫਿਰ ਇੱਕ ਵਾਰ ਵੇਟ, ਫਿਰ ਤੋਂ 15 ਜਨਵਰੀ ਤੋਂ ਬਾਅਦ AIPs ਆਉਣੀਆਂ ਸ਼ੁਰੂ ਹੋ ਗਈਆਂ, ਜਿਨ੍ਹਾਂ ਦੇ ਡਿਸੀਜਨ ਆਏ ਨੇ 6 ਇੰਚ ਵਾਲਿਆਂ ਦੇ, ਉਹਨਾਂ ਦੀ AIPs ਆਈਆਂ ਨੇ, ਲੇਟਰ ਔਨ ਉਹਨਾਂ ਦੀ ਵੀਜ਼ਾ ਸਟੈਂਪਿੰਗ ਦੀ ਰਿਕੁਐਸਟ ਆਏਗੀ।
ਇੱਕ ਜੋ ਸਾਡੇ ਪੰਜ ਬੈਂਡ ਵਾਲਿਆਂ ਦੇ ਵੀਜ਼ੇ ਰਿਫਿਊਜ਼ ਹੋਣੇ ਸ਼ੁਰੂ ਹੋ ਗਏ ਨੇ। ਖੰਨਾ ਸਾਹਿਬ ਕਹਿੰਦੇ ਕਿ ਜੇਕਰ ਓਵਰਆਲ 6 ਆ, ਇੱਕ ਚੋਂ 5.5 ਆ ਤਾਂ ਰਿਫਿਊਜ਼ਲਸ ਆ ਰਹੀਆਂ ਨੇ। ਸੋ ਤੁਸੀਂ ਕੋਈ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਆਪਣੀ ਜਾਣਕਾਰੀ ਲੈਣਾ ਚਾਹੁੰਦੇ ਹੋ, ਕੇਸ ਪ੍ਰੋਸੈਸ ਕਰਨਾ ਚਾਹੁੰਦੇ ਸੀ, ਵੇਟ ਕਰ ਰਹੇ ਹੋ, CAQs ਜਿਹੜੀਆਂ ਸਸਪੈਂਡ ਕਰ ਦਿੱਤੀਆਂ ਗਈਆਂ ਸੀ 10 ਕਾਲਜਸ ਦੀਆਂ, ਉਹਦੇ ਬਾਰੇ ਵੀ ਚਰਚਾ ਕਰਾਂਗੇ। ਪਰ ਨੰਬਰ ਜ਼ਰੂਰ ਨੋਟ ਕਰ ਲਵੋ, 9161 9162 ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਵੀ ਜਾਣਕਾਰੀ ਲੈ ਸਕਦੇ ਹੋ। ਖੰਨਾ ਸਾਹਿਬ, CAQs ਦੀ ਗੱਲ ਕਰਾਂਗੇ ਜਿਹੜੀਆਂ ਸਸਪੈਂਸ਼ਨ ਤੋਂ ਲਿਫਟ ਕਰ ਦਿੱਤਾ ਗਿਆ, ਕੁਛ ਕਾਲਜਸ ਨੂੰ ਬਾਹਰ ਕਰ ਦਿੱਤਾ ਗਿਆ। ਪਰ ਉਸ ਤੋਂ ਪਹਿਲਾਂ ਇੱਕ ਸਵਾਲ ਹੋਰ ਆ ਮੇਰਾ, ਤੁਸੀਂ ਕਹਿ ਰਹੇ ਹੋ ਜੀ 1.5 ਬੈਂਡ ਵਾਲਿਆਂ ਦੀ ਰਿਫਿਊਜ਼ਲਸ ਆਉਣੀਆਂ ਸ਼ੁਰੂ ਹੋ ਗਈਆਂ ਨੇ, ਇਹ ਕੇਸਿਸ ਉਹ ਨੇ ਜਿਨ੍ਹਾਂ ਨੂੰ 3-4 ਮਹੀਨੇ ਪਹਿਲਾਂ ਫਾਈਲ ਅੰਬੈਸੀ 'ਚ ਲੱਗੀਆਂ ਸੀ। ਰਾਈਟ। ਪਰ ਬਹੁਤ ਸਾਰੇ ਮੇਰੇ ਦੋਸਤ ਕੰਸਲਟੈਂਟ ਵੀਰ ਹਾਲੇ ਵੀ ਸੋਸ਼ਲ ਮੀਡੀਆ 'ਤੇ ਐਡ ਕਰ ਰਹੇ ਨੇ, TV 'ਚ ਐਡ ਕਰ ਰਹੇ ਨੇ, ਅਖਬਾਰਾਂ 'ਚ ਐਡ ਕਰ ਰਹੇ ਨੇ ਕਿ ਓਵਰਆਲ 6 ਬੈਂਡ, 1-5 ਬੈਂਡ ਜਾਂ 2-5 ਬੈਂਡ 'ਤੇ ਅਪਲਾਈ ਕਰੋ। ਸੋ ਇੱਕਾ ਦੁੱਕਾ ਕੰਸਲਟੈਂਟ ਤੋਂ ਕੁਛ ਇਹੋ ਜਿਹੇ ਵੀ ਹੈ, ਉਹ ਕਹਿੰਦੇ ਜੀ 5.5 ਬੈਂਡ ਓਵਰਆਲ 'ਤੇ ਕੈਨੇਡਾ ਅਪਲਾਈ ਕਰ ਲਓ। ਸੋ ਦੈਟ ਮੀਨਸ ਉਹ ਸਮਥਿੰਗ ਰੋਂਗ ਇਨ ਬੋਟਮ, ਕੋਈ ਨਾ ਕੋਈ ਗੜਬੜ ਹੈ, ਸਿਰਫ ਆਪਣੀ ਪ੍ਰੋਸੈਸਿੰਗ। ਦੇਖੋ, ਬੜਾ ਸਿੰਪਲ ਹੈਗਾ ਉਹਦੇ ਵਿੱਚ ਕਿ ਜੇ ਕਿਸੇ ਬੰਦੇ ਨੇ ਆਪਣੇ ਸਿਰਫ ਜੇਬ ਦੇ ਵਿੱਚ 20-25,000 ਰੁਪਇਆ ਤੁਹਾਡੇ ਤੋਂ ਲੈ ਕੇ ਪਾਉਣਾ, ਐਡਵਾਂਸ ਪੈਸੇ ਲੈ ਕੇ ਆਪਣਾ ਕਾਰੋਬਾਰ ਚਲਾਉਣਾ, ਆਪਣੀਆਂ ਤਨਖਾਹਾਂ ਦੇਣੀਆਂ, ਕਿਰਾਏ ਦੇਣੇ ਆ, ਉਹ ਤੁਹਾਨੂੰ 5.5 ਬੈਂਡ ਕੀ, 5 ਕੀ ਅਤੇ 4.5 ਕੀ, ਉਹ ਤੁਹਾਨੂੰ ਜਿੱਦਾਂ ਮਰਜ਼ੀ ਕਰਕੇ ਤੁਹਾਡਾ ਵੀਜ਼ਾ ਅਪਲਾਈ ਕਰਨ ਦਾ ਮਨਸ਼ਾ ਰੱਖਦਾ, ਔਰ ਉਹਨੇ ਅਪਲਾਈ ਕਰ ਦੇਣਾ। ਅੱਜ ਦੀ ਡੇਟ ਤੁਸੀਂ ਕਹੋ ਕਿ ਮੈਂ ਦਾਖਲਾ ਲੈਣਾ ਕੈਨੇਡਾ ਦੇ ਕਾਲਜ ਦੇ ਵਿੱਚ, ਦਾਖਲਾ ਤਾਂ ਤੁਹਾਨੂੰ 0.5 ਬੈਂਡ 'ਤੇ ਵੀ ਮਿਲ ਜਾਂਦਾ, ਇਹ ਤਾਂ ਬਿਨਾਂ ਆਈਲਟਸ 'ਤੇ ਵੀ ਮਿਲ ਜਾਂਦਾ। ਸੋ ਗੱਲ ਮਸਲਾ ਦਾਖਲਿਆਂ ਨਾਲ ਹੱਲ ਨਹੀਂ ਹੁੰਦਾ, ਮਸਲਾ ਤਾਂ ਵੀਜ਼ੇ ਨਾਲ ਹੱਲ ਹੋਣਾ। ਮੈਂ ਤੁਹਾਨੂੰ ਹੁਣੇ ਦੱਸ ਰਿਹਾ ਕਿ 1 'ਚ 5.5 ਬੈਂਡ ਵਾਲੇ ਦੇ ਰਿਫਿਊਜ਼ਲ ਹੈ। ਮੇਰੇ ਆਪਣੇ ਆਫਿਸਿਸ ਦੇ ਓਮ ਗਲੋਬਲ ਦੀ ਜੇ ਮੈਂ ਗੱਲ ਕਰ ਲਵਾਂ, ਪਿਛਲੇ ਇਸ ਹਫ਼ਤੇ ਦੇ ਵਿੱਚ 15 ਵੀਜ਼ਾ ਰਿਫਿਊਜ਼ ਹੋਏ ਆ ਕੈਨੇਡਾ ਦੇ 1 'ਚ 5.5 ਬੈਂਡ ਵਾਲੇ ਦੇ। ਆਏ ਕਿੰਨੇ ਵੀਜ਼ੇ? AIPs ਆਈਆਂ ਮਨੀਸ਼ ਜੀ, ਇਹੀ ਤਾਂ ਹੈਰਾਨੀ ਵਾਲੀ ਗੱਲ ਹੈ। ਤਕਰੀਬਨ 28-30 AIPs ਆਈਆਂ, ਜਿਹੜੀ ਪ੍ਰੋਸੈਸ ਬੰਦ ਹੋ ਗਿਆ ਸੀਗਾ। ਸੋ ਕੈਨੇਡੀਅਨ ਹਾਈ ਕਮਿਸ਼ਨ ਨੂੰ ਆਪ ਨੂੰ ਨਹੀਂ ਪਤਾ ਕਿ ਕਿਹੜੇ ਪਾਸੇ ਤੁਰਨਾ, ਔਰ ਉਸ ਤੋਂ ਵੀ ਵੱਡੀ ਗੱਲ ਜਿਵੇਂ ਮੈਂ ਦੱਸਿਆ ਕਿ ਉਹ ਸਾਰੀਆਂ AIPs 6E ਵਾਲੇ ਬੱਚੇ ਆ। ਪਰ ਕਹਿੰਦੇ ਸਰ ਪ੍ਰੋਬਲਮ ਕਿੱਥੇ ਆਉਂਦੀ ਹੈ? ਪ੍ਰੋਬਲਮ ਇੱਥੇ ਆਉਂਦੀ ਹੈ, ਠੀਕ ਹੈ ਤੁਸੀਂ ਸਿਆਣੇ ਹੋ, ਤੁਸੀਂ ਜਾਣਦੇ ਹੋ ਕਿ ਬੱਚੇ ਦਾ ਵੀਜ਼ਾ ਕਿੱਥੇ ਆਉਣਾ, ਕਿਹੜੇ ਪ੍ਰੋਫਾਈਲ 'ਤੇ ਆਉਣਾ ਹੈ। ਮੈਨੂੰ ਇਸ ਫੀਲਡ 'ਚ 10-12 ਸਾਲ ਹੋ ਗਏ, ਬਹੁਤ ਸਾਰੇ ਕੰਸਲਟੈਂਟ ਦੇ ਨਾਲ ਬੈਠਦਾ, ਥੋੜ੍ਹਾ ਜਿਹਾ ਪਤਾ ਲੱਗ ਜਾਂਦਾ ਕਿ ਬੰਦੇ ਦੀ ਗੱਲਬਾਤ ਹੋ ਗਈ, ਇਹ ਵੀਜ਼ਾ ਲਵਾ ਸਕਦਾ ਕਿ ਨਹੀਂ ਲਵਾ ਸਕਦਾ। ਪਿੰਡਾਂ ਤੋਂ ਸ਼ਹਿਰਾਂ ਤੋਂ ਉੱਠ ਕੇ ਕੰਸਲਟੈਂਟ ਦਫ਼ਤਰ 'ਚ ਜਾਂਦੇ ਨੇ, ਬਹੁਤ ਵੱਡੇ ਵੱਡੇ ਆਲੀਸ਼ਾਨ ਦਫ਼ਤਰ ਖੋਲ੍ਹੇ ਹੋਏ ਨੇ, ਬਹੁਤ ਵੀਜ਼ਿਆਂ ਦੀ ਫੋਟੋ ਟੰਗੀਆਂ ਹੋਈਆਂ, ਉਹ ਬੱਚਿਆਂ ਨੂੰ ਜਾ ਕੇ ਲੱਗਦਾ ਕਿ ਸ਼ਾਇਦ ਜਿੱਥੇ ਇਹ ਫੋਟੋ ਲੱਗੀਆਂ ਉੱਥੇ ਮੇਰੀ ਵੀ ਫੋਟੋ ਲੱਗ ਜਾਣੀ ਹੈ। ਮੇਰੇ 1-5 ਬੈਂਡ ਸ਼ਾਇਦ ਮੇਰਾ ਤਾਂ ਵੀਜ਼ਾ ਨੇ ਲਵਾ ਹੀ ਦੇਣਾ, ਕਿਉਂਕਿ ਮੈਂ ਸੋਸ਼ਲ ਮੀਡੀਆ 'ਤੇ ਵੇਖਦਾ ਪਿਆ ਇਹਦਾ ਪਿਛਲੇ 15 ਦਿਨਾਂ 'ਚ 1-5 ਬੈਂਡ ਵਾਲੇ ਬੜੇ ਵੀਜ਼ੇ ਲਵਾਏ। ਸੋ ਉਸੇ ਲਾਲਚ 'ਚ ਆਪਣਾ ਕੇਸ ਜਿਹੜਾ ਉਸ ਏਜੰਟ ਨੂੰ ਦੇ ਬੈਠਦਾ, 20-25,000 ਰੁਪਏ ਕੰਪਨੀ ਫੀਸ ਦੇ ਆਉਂਦਾ ਐਂਡ ਰਿਫਿਊਜ਼ਲ ਲੱਗਦੀ ਹੈ। ਸੋ ਮੋਰਲ ਆਫ ਦਾ ਸਟੋਰੀ ਕਿ ਬੱਚਾ ਵਿਚਾਰਾ, ਉਹਨੂੰ ਪਤਾ ਹੀ ਨਹੀਂ ਹੈ ਮੈਂ ਜਾ ਕੇ ਅਪਲਾਈ ਕੀ ਕਰਾਂ। ਸੋ ਅੱਜ ਸਾਡਾ ਇੱਕ ਫਰਜ਼ ਬਣਦਾ ਇਸ ਮੰਚ 'ਤੇ ਗੱਲ ਕਰਨ ਦਾ, ਇਨਫੋਰਮੇਸ਼ਨ ਤੁਹਾਡੇ ਕੋਲ ਲੈਣ ਦਾ ਕਿ ਜਦੋਂ ਬੱਚਾ ਕੇਸ ਅਪਲਾਈ ਕਰਨ ਜਾਂਦਾ ਹੈ ਕਿੰਨਾ ਗੱਲਾਂ ਨੂੰ ਧਿਆਨ 'ਚ ਰੱਖੇ, ਪਤਾ ਕਿਵੇਂ ਲੱਗੇ ਕਿ ਕੰਸਲਟੈਂਟ ਸੱਚ ਬੋਲਦਾ ਪਿਆ ਕਿ ਝੂਠ ਬੋਲਦਾ ਪਿਆ। ਅੱਜ ਬਹੁਤ ਸਾਰੇ ਕੰਸਲਟੈਂਟ ਤਾਂ ਇਹ ਵੀ ਕਹਿਣ ਲੱਗੇ ਕਿ ਜੇਕਰ ਤੁਸੀਂ ਕੈਨੇਡਾ ਅਪਲਾਈ ਕਰਨਾ ਤੁਹਾਨੂੰ GIC ਦੀ ਲੋੜ ਵੀ ਨਹੀਂ ਹੈ। ਦੇਖੋ, ਕਈ ਚੀਜ਼ਾਂ ਨਾ ਕਹਿਣੀਆਂ ਬੜੀਆਂ ਸੌਖੀਆਂ ਹੁੰਦੀਆਂ ਕਿ GIC ਦੀ ਵੀ ਲੋੜ ਨਹੀਂ ਹੈ ਜਾਂ 5 ਬੈਂਡ 'ਤੇ ਵੀ ਵੀਜ਼ਾ ਲੱਗ ਜੂਗਾ। ਇਨਫੈਕਟ ਮੈਂ ਕੱਲ੍ਹ ਪਰਸੋਂ ਇੱਕ ਐਡ ਦੇਖ ਰਿਹਾ ਸੀਗਾ, ਆਸਟ੍ਰੇਲੀਆ ਦੇ ਵੀਜ਼ੇ ਦੀ ਗੱਲ ਹੋ ਰਹੀ ਹੈ ਕਿ 5 ਬੈਂਡ ਦੇ ਉੱਤੇ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰੋ। ਸੋ ਸਮਝਣ ਦੀ ਲੋੜ ਕੀ ਹੈ ਕਿ ਅਪਲਾਈ ਕਰੋ, ਇੱਕ ਵੀਜ਼ਾ ਅਪਲਾਈ ਕਰਨਾ ਔਰ ਵੀਜ਼ਾ ਲੈਣਾ ਇਹਦੇ 'ਚ ਬਹੁਤ ਵੱਡਾ ਫਰਕ ਹੈ। ਔਰ ਮੈਂ ਹਮੇਸ਼ਾ ਜਿਹੜੀ ਇੱਕ ਗੱਲ ਵਾਰ ਵਾਰ ਕਹਿੰਦਾ ਹੁੰਦਾ ਵਾਂ ਕਿ ਤੁਹਾਨੂੰ ਜੇ ਵੀਜ਼ਾ ਲੈਣਾ ਨਾ, ਤੁਹਾਡੀ ਜਿੰਨੀ ਕੁ ਐਫਰਟ ਤੁਹਾਡੇ ਵੱਲੋਂ ਚਾਹੀਦੀ, ਉਸ ਤੋਂ ਜ਼ਿਆਦਾ ਐਫਰਟ ਤੁਹਾਡਾ ਵੀਜ਼ਾ ਅਪਲਾਈ ਕਰਨ ਵਾਲੇ ਵੱਲੋਂ ਚਾਹੀਦਾ ਹੈ। ਔਰ ਵੀਜ਼ਾ ਅਪਲਾਈ ਕਰਨ ਵਾਲਾ ਐਫਰਟ ਕਿਉਂ ਦਊਗਾ ਜਦੋਂ ਉਹਨੂੰ ਦਿਸਦਾ ਹੋਊਗਾ ਕਿ ਯਾਰ ਇਹ ਕਰਕੇ ਮੈਨੂੰ ਕੁਛ ਲੱਭਣਾ ਜੇ। ਜੇ ਉਹਨੂੰ ਪਹਿਲਾਂ ਹੀ ਉਹਦਾ ਸਾਰਾ ਕੁਛ ਮਿਲ ਗਿਆ, ਜੇ ਉਹਨੂੰ ਪਹਿਲਾਂ ਹੀ ਪੈਸੇ ਮਿਲ ਗਏ, ਉਹਦਾ ਇੰਟਰਸਟ ਹੀ ਤੁਹਾਡੀ ਚੀਜ਼ 'ਚ ਖਤਮ ਹੋ ਜਾਂਦਾ। ਇਹ ਬਹੁਤ ਹੀ ਨੋਰਮਲ ਸਿਨੈਰੀਓ ਹੈਗਾ, ਇਹ ਹਿਊਮਨ ਸਾਈਕੋਲੋਜੀ ਹੈ। ਸੋ ਜਿੰਨੀ ਦੇਰ ਤੱਕ ਤੁਹਾਡੇ ਪੈਸੇ ਤੁਹਾਡੇ ਕੋਲ ਹੈਗੇ ਆ, ਉਨੀ ਦੇਰ ਤੱਕ ਹਰ ਬੰਦਾ ਕੋਸ਼ਿਸ਼ ਕਰਦਾ ਯਾਰ ਕਿਸੇ ਤਰ੍ਹਾਂ ਦਾ ਵੀਜ਼ਾ ਲੈ ਲਵਾਂ ਤਾਂ ਪੈਸੇ ਮਿਲਣੇ ਆ। ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ, ਕਿਉਂਕਿ ਸਾਰਾ ਕੰਮ ਬੜਾ ਸੌਖਾ, ਕਾਲਜਾਂ 'ਚ ਦਾਖਲੇ ਲੈਣੇ ਬਹੁਤ ਸੌਖੇ ਆ, ਅਨਗਿਣਤ ਪ੍ਰਾਈਵੇਟ ਕਾਲਜ ਪੰਜਾਬ ਦੀਆਂ ਮਾਰਕੀਟਾਂ 'ਚ ਘੁੰਮਦੇ ਪਏ ਆ, ਰਿਕਰੂਟਮੈਂਟ ਏਜੰਟਸ ਘੁੰਮਦੇ ਪਏ ਆ ਜਿਹੜੇ ਇੱਕ ਕਾਲਜ ਦੇ ਲਈ ਜੋਬ ਕਰਦੇ ਔਰ ਜਾ ਜਾ ਕੇ ਐਪਲੀਕੇਸ਼ਨਸ ਇਕੱਠੀਆਂ ਕਰਦੇ ਆ। ਕਿਤੇ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ, ਕਿਤੇ ਨਹੀਂ ਮਿਲਦਾ, ਕਿਤੇ ਸਿਰਫ ਤੁਹਾਡੇ ਤੋਂ ਜਿਹੜੀ ਐਪਲੀਕੇਸ਼ਨ ਫੀਸ ਹੈ ਕਿ $250 ਕਾਲਜ ਨੂੰ ਦੇ ਦਿਓ ਜੀ, 2500-25,000 ਰੁਪਇਆ ਏਜੰਟ ਦੀ ਪ੍ਰੋਸੈਸਿੰਗ ਫੀਸ ਦਾ ਦੇ ਦਿਓ ਜੀ, ਫਿਰ TTAਂ ਦੇ ਟ੍ਰਾਂਸਫਰ, ਮਤਲਬ ਜਿੱਥੇ ਤਾਂ ਤੁਹਾਡੇ ਨਾਲ ਸਿਰਫ ਤੁਹਾਡੀ ਐਸੀ ਤੈਸੀ ਫਿਰਨੀ ਹੈ, ਉੱਥੇ ਤੁਹਾਨੂੰ 1-1.5 ਲੱਖ ਰੁਪਇਆ ਪਹਿਲਾਂ ਹੀ ਤੁਹਾਡਾ ਲੱਗ ਜਾਂਦਾ, ਉਸ ਤੋਂ ਬਾਅਦ ਰਿਫਿਊਜ਼ਲ ਆਈ ਤਾਂ ਗੱਲ ਖਤਮ ਹੋ ਗਈ। ਅਦਰਵਾਈਜ਼ ਜੇ ਵੀਜ਼ਾ ਅਪਲਾਈ ਕਰਨਾ, ਬੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ, ਜਿਹ 'ਚ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਕੋਰਸ ਜਿਹਦੇ ਵਿੱਚ ਤੁਸੀਂ ਪੜ੍ਹਾਈ ਕਰਨ ਚੱਲੇ ਹੋ। ਦੇਖੋ, ਸਭ ਤੋਂ ਮੈਂ ਅੱਗੇ ਵੀ ਕਈ ਵਾਰੀ ਇੱਕ ਚੀਜ਼ ਦੱਸੀ ਹੈ, ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈਗੀ ਹੈ
ਕਿ ਤੁਸੀਂ ਜੀ ਵੀਜ਼ਾ ਲੈਣਾ ਜਿਹੜਾ ਤੁਹਾਡਾ ਵੀਜ਼ਾ ਬੰਦਾ ਅਪਲਾਈ ਕਰਦਾ ਪਿਆ ਉਹਨੂੰ ਨਹੀਂ ਲੋੜ, ਤੁਹਾਨੂੰ ਲੋੜ ਹੈ। ਵੀਜ਼ਾ ਤੁਹਾਡੇ ਡਾਕੂਮੈਂਟਸ 'ਤੇ ਲੱਗਣਾ, ਤੁਹਾਡੇ ਡਾਕੂਮੈਂਟਸ 'ਤੇ ਹੀ ਰਿਫਿਊਜ਼ ਹੋਣਾ। ਕਿਸੇ ਦੇ ਵਿੱਚ ਇੰਨੀ ਹਿੰਮਤ ਨਹੀਂ ਕਿ ਤੁਹਾਡਾ ਵੀਜ਼ਾ ਲਵਾ ਦੇਵੇ। ਮੈਂ ਕਹਾਂ ਜੀ ਮੈਂ ਸੈਂਕੜਾ ਹੀ ਵੀਜ਼ੇ ਲਵਾਤੇ, ਉਹ ਮੈਂ ਨਹੀਂ ਲਵਾਤੇ, ਉਹਨਾਂ ਦੇ ਕਾਗਜ਼ ਪੱਤਰ ਇੱਦਾਂ ਦੇ ਸੀਗੇ ਕਿ ਉਹਨਾਂ ਦੇ ਵੀਜ਼ੇ ਲੱਗ ਗਏ। ਮੈਂ ਸਿਰਫ ਉਹਨਾਂ ਦੀ ਚੋਣ ਕੀਤੀ ਕਿ ਭਾਈ ਆਹ ਡਾਕੂਮੈਂਟ ਠੀਕ ਨੇ, ਆਹ ਪ੍ਰੋਫਾਈਲ ਚੰਗਾ, ਇਹੋ ਜਿਹੇ ਬੱਚੇ ਦਾ ਵੀਜ਼ਾ ਲੱਗਣਾ ਚਾਹੀਦਾ। ਥੋੜ੍ਹੀ ਜਿਹੀ ਉਹ 'ਚ ਮਿਹਨਤ ਕਰੋ ਅਤੇ ਉਹਦੇ 'ਚ ਵੀਜ਼ਾ ਗ੍ਰਾਂਟ ਹੋ ਜਾਂਦਾ। ਏਜੰਟ ਦੀ ਮਿਹਨਤ ਕਿੱਥੇ ਕੰਮ ਆਉਂਦੀ ਹੈ ਕਿ ਹਰ ਬੰਦੇ ਨੇ ਪਲੱਸ ਟੂ ਕਾਮਰਸ ਕੀਤੀ ਹੈ, ਨੋਨ ਮੈਡੀਕਲ ਕੀਤੀ, ਚਾਰ ਹੀ ਸਟਰੀਮ ਨੇ ਸਾਡੇ ਪੰਜਾਬ ਦੇ ਵਿੱਚ ਜਿਹ 'ਚ ਤੁਸੀਂ 12ਵੀਂ ਕਰਕੇ ਨਿਕਲਦੇ ਹੋ। ਬਟ ਜੇ ਕੈਨੇਡਾ 'ਚ ਪੜ੍ਹਾਈ ਕਰਨ ਜਾਣਾ ਉਸ 12ਵੀਂ ਤੋਂ ਬਾਅਦ, ਤਾਂ ਮੇਰੇ ਖਿਆਲ ਨਾਲ ਘੱਟੋ ਘੱਟ 100-150 ਤਰ੍ਹਾਂ ਦਾ ਡਿਪਲੋਮਾ ਹੋਣਾ ਜਿਹਦੇ ਵਿੱਚ ਤੁਸੀਂ ਜਾ ਕੇ ਪੜ੍ਹਾਈ ਕਰ ਸਕਦੇ ਹੋ। ਬਿਜ਼ਨਸ ਕੀ, ਮਾਰਕੀਟਿੰਗ ਕੀ, ਅਕਾਊਂਟਿੰਗ ਕੀ, ਆਈਟੀ ਕੀ, ਨੈਟਵਰਕ ਐਡਮਿਨ, ਪ੍ਰੋਜੈਕਟ ਐਡਮਿਨ, ਕਿਹੜਾ ਨਾਮ ਲਓ, ਯੂ ਨੇਮ ਅ ਥਿੰਗ, ਦੇ ਹੈਵ ਅ ਕੋਰਸ ਫੋਰ ਇਟ। ਹਰ ਚੀਜ਼ ਲਈ ਵੱਖਰਾ ਹੀ ਕੋਰਸ ਹੋਣਾ ਨਹੀਂ, ਪਰ ਕੰਸਲਟੈਂਟ, ਚਲੋ ਨਾਮ ਨਹੀਂ ਲੈਂਦੇ, ਇੱਕ ਕਾਲਜ ਤੁਸੀਂ ਕਹਿ ਰਹੇ ਹੋ ਕਿ ਇੱਕ ਬੰਦਾ ਇੱਕ ਕਾਲਜ ਨੂੰ ਪ੍ਰਾਈਵੇਟ ਨੂੰ ਰਿਪ੍ਰੈਜੈਂਟ ਕਰ ਰਿਹਾ ਜੀ, ਉੱਥੇ ਮੈਂ ਤਾਂ ਕੰਸਲਟੈਂਟ ਨੂੰ ਵੀ ਦੋਸ਼ੀ ਠਹਿਰਾਊਂਗਾ ਜਿਹੜਾ ਉਸ ਕਾਲਜ ਨੂੰ ਪ੍ਰਮੋਟ ਕਰ ਰਿਹਾ ਜਿੱਥੇ ਕੋਰਸ ਹੀ ਇੱਕ ਆ ਜਾਂ ਦੋ ਕੋਰਸ ਆ। ਕੀ ਲੱਗਦਾ ਕਿ ਕਾਲਜ 'ਚ ਇੱਕ ਜਾਂ ਦੋ ਕੋਰਸ ਆ ਉਹ ਬੱਚਿਆਂ ਨੂੰ ਅੱਗੇ ਫਿਊਚਰ ਦੇ ਪਾਊਗਾ? ਨਹੀਂ, ਉਹ ਕੰਸਲਟੈਂਟ ਕੀ ਕਰੇ ਜੇ ਉਹਦਾ ਐਗਰੀਮੈਂਟ ਹੀ ਉਸ ਇੱਕ ਕਾਲਜ ਦੇ ਨਾਲ ਹੈਗਾ ਵਾ। ਅੱਜ ਬਹੁਤ ਸਾਰੇ ਕੰਸਲਟੈਂਟ ਪੰਜਾਬ ਦੇ ਵਿੱਚ ਇੱਦਾਂ ਜਿਹਨਾਂ ਦਾ ਐਗਰੀਮੈਂਟ ਹੀ ਨਹੀਂ ਹੈਗਾ ਕਾਲਜਾਂ ਦੇ ਨਾਲ, ਅਤੇ ਜਦੋਂ ਐਗਰੀਮੈਂਟ ਨਹੀਂ ਹੋਊਗਾ ਉਹਦਾ ਐਗਰੀਮੈਂਟ ਇੱਕ ਕਾਲਜ ਦੇ ਨਾਲ ਆ, ਉਸ ਕਾਲਜ ਕੋਲ ਦੋ ਕੋਰਸ ਨੇ, ਇੱਕ ਭਾਈ ਤੂੰ ਆਈਟੀ ਪੜ੍ਹ ਲੈ, ਇੱਕ ਭਾਈ ਤੂੰ ਹੋਸਪਿਟੈਲਿਟੀ ਪੜ੍ਹ ਲੈ, ਉਹਦੀ ਤਾਂ ਦੁਨੀਆ ਹੀ ਉੱਥੇ ਮੁੱਕ ਜਾਂਦੀ ਹੈ। ਸੋ ਆਪਾਂ ਉਸ ਏਜੰਟ ਦੇ ਕੋਲ ਕਿਹੜਾ ਪ੍ਰੋਗਰਾਮ ਹੈਗਾ ਅਤੇ ਕਿਹੜਾ ਕੋਰਸ ਹੈ ਉਹਦੇ ਹਿਸਾਬ ਨਾਲ ਵੀਜ਼ਾ ਅਪਲਾਈ ਕਰਨਾ, ਜਾਂ ਆਪਾਂ ਇਸ ਹਿਸਾਬ ਨਾਲ ਵੀਜ਼ਾ ਅਪਲਾਈ ਕਰਨਾ ਕਿ ਮੇਰਾ ਵੀਜ਼ਾ ਲੱਗਣਾ ਕਿੱਥੇ ਹੈ, ਕਿਹੜੀ ਕੰਟਰੀ, ਕਿਹੜੀ ਸਿਟੀ, ਕਿਹੜਾ ਕੋਰਸ, ਕਿਹੜੀ ਯੂਨੀਵਰਸਿਟੀ। ਇਹ ਸਾਰੀਆਂ ਆਪਸ਼ਨਸ ਦੀ ਚੋਇਸ ਜਦੋਂ ਤੁਹਾਡੇ ਕੋਲ ਹੋਊਗੀ ਤਾਂ ਹੀ ਪਤਾ ਲੱਗੂਗਾ ਨਾ ਕਿ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ। ਅੱਜ ਦੀ ਡੇਟ ਦੇ ਵਿੱਚ ਤਾਂ ਖੋਤਾ ਘੋੜਾ ਇੱਕ ਬਰਾਬਰ ਹੈ ਕਿ ਆਹ ਵੀ ਜਿਹਨੇ 12ਵੀਂ ਕਾਮਰਸ ਕਰ ਲਈ ਸਾਰਿਆਂ ਨੂੰ ਚੁੱਕ ਚੁੱਕ ਕੇ ਉਹਨੂੰ ਬਿਜ਼ਨਸ 'ਚ ਪਾਈ ਜਾਓ, ਜਿਹਨੇ ਨੋਨ ਮੈਡੀਕਲ ਕਰ ਲਿਆ ਸਾਰਿਆਂ ਨੂੰ ਚੁੱਕ ਚੁੱਕ ਕੇ ਆਈਟੀ 'ਚ ਪਾਈ ਦਿਓ। ਉਹ ਭਾਈ ਤੁਹਾਡੀ ਵੀ 12ਵੀਂ ਕਾਮਰਸ ਦੇ ਵਿੱਚ ਵੀ 4-5 ਸਬਜੈਕਟ ਨੇ, ਕਿਸੇ ਦੇ ਅਕਾਊਂਟਸ 'ਚ ਨੰਬਰ ਜ਼ਿਆਦਾ ਨੇ, ਕਿਸੇ ਦੇ ਇਕਨੋਮਿਕਸ 'ਚ ਨੰਬਰ ਜ਼ਿਆਦਾ ਨੇ, ਕਿਸੇ ਦੇ ਬਿਜ਼ਨਸ ਸਟੱਡੀਜ਼ 'ਚ ਨੰਬਰ ਜ਼ਿਆਦਾ ਨੇ। ਉਹਦੇ ਹਿਸਾਬ ਨਾਲ ਵੀ ਕੋਰਸ ਚੂਜ਼ ਕੀਤਾ ਜਾ ਸਕਦਾ ਕਿ ਮੈਂ ਇਕਨੋਮਿਕਸ ਪੜ੍ਹਨ ਚੱਲਾਂ, ਮੈਂ ਅਕਾਊਂਟਿੰਗ ਪੜ੍ਹਨ ਚੱਲਾਂ। ਇੱਦਾਂ ਹੀ ਨੋਨ ਮੈਡੀਕਲ ਦੇ ਵਿੱਚ ਵੀ ਫਿਜ਼ਿਕਸ, ਕਮਿਸਟਰੀ, ਮੈਥ ਹੈਗਾ, ਕਿਸੇ ਦੇ ਫਿਜ਼ਿਕਸ 'ਚ ਚੰਗੇ ਨੰਬਰ ਨੇ, ਕਿਸੇ ਦੇ ਮੈਥ 'ਚ ਘੱਟ ਨੰਬਰ ਨੇ। ਇਹ ਛੋਟੀ ਛੋਟੀਆਂ ਚੀਜ਼ਾਂ ਦੇਖ ਕੇ ਕੋਰਸ ਚੂਜ਼ ਹੁੰਦਾ। ਸੋ ਜਿਹੜੇ ਬੰਦੇ ਕੋਲ ਹੈ ਹੀ ਇੱਕ ਕੋਰਸ ਅਤੇ ਦੋ ਉਹਦੇ ਵਿੱਚ ਪ੍ਰੋਗਰਾਮ, ਤਾਂ ਉਹਨੇ ਤਾਂ ਕੋਸ਼ਿਸ਼ ਇਹੀ ਕਰਨੀ ਕਿ ਹਰੇਕ ਨੂੰ ਚੁੱਕ ਚੁੱਕ ਕੇ ਐਚ ਪਾਈ ਜਾਵਾਂ, ਕਿਉਂਕਿ ਉਹ ਕਾਲਜ ਵੀ ਖੁਸ਼ ਕਿ ਲੈ ਵੀ ਫਲਾਂ ਏਜੰਟ ਨੇ ਮੈਨੂੰ 20 ਐਪਲੀਕੇਸ਼ਨਾਂ ਦਿੱਤੀਆਂ। ਅਲਟੀਮੇਟਲੀ ਰਿਜ਼ਲਟ ਉਹਦੇ 'ਚੋਂ 20 'ਚੋਂ ਦੋ ਨਾ ਵੀਜ਼ੇ ਲੱਗਣ, ਉਹਨੇ ਆਪਣਾ ਕਾਲਜ ਖੁਸ਼ ਕਰਤਾ ਕਿ ਮੈਂ ਤੁਹਾਨੂੰ 20 ਐਪਲੀਕੇਸ਼ਨਾਂ ਦਿੱਤੀਆਂ, ਤੁਸੀਂ ਬਾਅਦ 'ਚੋਂ $250 ਕੱਟ ਕੇ ਆਪਣਾ। ਇੱਦਾਂ ਇੱਦਾਂ ਦੇ ਕਾਲਜ ਦੇਖਿਆ ਮੈਂ ਜਿਹੜੇ ਆਪਣੇ ਏਜੰਟਾਂ ਨੂੰ ਡਿਪੋਜ਼ਿਟ ਦੇਣ ਦੇ ਪੈਸੇ ਦਿੰਦੇ ਆ। ਤੁਹਾਡੇ ਵੀਜ਼ੇ ਨਾਲ, ਤੁਹਾਡੀ ਜ਼ਿੰਦਗੀ ਦੇ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ। ਤੁਸੀਂ ਇੱਕ ਹਿਸਾਬ ਲਾਓ, ਇੱਕ ਕਾਲਜ, ਇੱਕ ਏਜੰਟ। ਕਾਲਜ ਕੀ ਕਹਿੰਦਾ ਏਜੰਟ ਨੂੰ ਕਿ ਭਾਈ ਤੂੰ ਮੈਨੂੰ ਡਿਪੋਜ਼ਿਟ ਦੇ, ਤੂੰ ਮੈਨੂੰ 50 ਡਿਪੋਜ਼ਿਟ ਦੇਂਗਾ, ਮੈਂ ਤੈਨੂੰ ਪਰ ਡਿਪੋਜ਼ਿਟ ਦੇ ਮਗਰ $300 ਮੋੜਾਂਗਾ। ਤੁਸੀਂ ਦੱਸੋ ਤੁਹਾਡੇ ਵੀਜ਼ੇ ਦੀ ਗੱਲ ਕਿੱਥੇ ਹੁੰਦੀ ਪਈ ਹੈ? ਤੁਹਾਡੇ ਵੀਜ਼ੇ ਦੀ ਗੱਲ ਹੀ ਨਹੀਂ ਹੁੰਦੀ ਪਈ। ਅੱਗੇ ਕੀ ਸੀਗਾ ਜਾਂ ਹੁਣ ਚੰਗੇ ਕਾਲਜਾਂ ਦਾ, ਚੰਗੇ ਏਜੰਟ ਦਾ ਕੰਮ ਕੀ ਹੈ ਕਿ ਤੁਹਾਡਾ ਵੀਜ਼ਾ ਅਪਲਾਈ ਹੁੰਦਾ, ਤੁਹਾਡਾ ਵੀਜ਼ਾ ਲੱਗਦਾ, ਉਹਨੂੰ ਕਮਿਸ਼ਨ ਮਿਲਦੀ ਹੈ, ਤੁਹਾਡੇ ਤੋਂ 2 ਪੈਸੇ ਮਿਲਦੇ। ਅੱਜ ਦੀ ਡੇਟ 'ਚ ਕੰਮ ਹੀ ਕੀ ਹੋ ਗਿਆ ਕਿ ਤੁਸੀਂ ਸਾਨੂੰ ਡਿਪੋਜ਼ਿਟ ਦਿਓ 100 ਬੱਚਿਆਂ ਦਾ, ਸਾਡੇ ਤੋਂ $300 ਲੈ ਲਓ। ਇਹ ਹਾਲ ਕਾਲਜਾਂ ਦਾ ਹੈ ਅਤੇ ਇਹ ਹਾਲ ਏਜੰਟਾਂ ਦਾ, ਅਤੇ ਉਹ ਕਿਉਂ ਨਾ ਏਜੰਟ ਤੁਹਾਡੇ ਤੋਂ ਡਿਪੋਜ਼ਿਟ ਦਵਾਵੇ? ਕੱਲ੍ਹ ਨੂੰ ਤੁਹਾਡਾ ਵੀਜ਼ਾ ਲੱਗਾ ਨਹੀਂ ਲੱਗਾ, ਜਿਹੜਾ 20-25 ਹਜ਼ਾਰ ਉਹਨੇ ਤੁਹਾਡੇ ਤੋਂ ਲੈ ਲਿਆ, $300-400 ਨੂੰ ਡਿਪੋਜ਼ਿਟ ਦਾ ਵੀ ਮਿਲੀ ਜਾਂਦਾ ਕਾਲਜਾਂ ਵੱਲੋਂ। ਸੋ ਐਂਡ ਤੁਹਾਨੂੰ 1-1.5 ਲੱਖ ਰੁਪਏ ਦੀ ਜਿਹੜੀ ਚਪੇੜ ਪੈਣੀ ਹੈ ਉਹ ਉਸ ਏਜੰਟ ਦੇ ਜੇਬ 'ਚ ਵੀ ਜਾਣੀ ਹੈ, ਉਸ ਕਾਲਜ ਦੇ। ਉਹ ਕਹਿੰਦੇ ਨਾ ਬੱਕਰਾ ਕੱਟੇਗਾ ਤਾਂ ਸਭ ਮੇਂ ਬਟੇਗਾ, ਉਹ ਵਾਲਾ ਹਿਸਾਬ ਤੁਹਾਡਾ ਹੋਣਾ ਜੇ। ਸੋ ਜਿੰਨੇ ਪੈਸੇ ਆਪਣੇ ਹੈਗੇ ਆ ਉਹ ਸਾਂਭ ਕੇ ਰੱਖ ਲਓ, ਵੀਜ਼ਾ ਲੱਗੇ 'ਤੇ ਪੈਸੇ ਦਿਓ। ਜੇ ਮੈਂ ਹੁਣ ਓਪਨਲੀ ਇਸ ਮੰਚ 'ਤੇ ਬੈਠਾ ਕਿਹਾ ਕਿ ਵੀਜ਼ੇ ਰਿਫਿਊਜ਼ ਹੋਏ, ਹਾਂਜੀ ਹੋਏ, ਕੋਈ ਦੱਸਦਾ ਕਿ ਵੀਜ਼ੇ ਰਿਫਿਊਜ਼ ਹੋਏ, ਪਰ ਮੈਨੂੰ ਇੱਕ ਗੱਲ ਦੀ ਸੰਤੁਸ਼ਟੀ ਕੀ ਹੈ, ਹਾਲਾਂਕਿ ਉਹ ਮੈਨੂੰ ਖੁਸ਼ ਨਹੀਂ ਕਰਦੀ, ਸੰਤੁਸ਼ਟੀ ਕੀ ਹੈ ਕਿ ਉਹਨਾਂ ਲੋਕਾਂ ਦੇ ਪੈਸਿਆਂ ਦਾ ਨੁਕਸਾਨ ਨਹੀਂ ਹੋਇਆ। ਖਰਾ ਸਾਹਿਬ, ਇੱਕ 'ਚੋਂ 5.5 ਬੈਂਡ ਤੁਸੀਂ ਕਹਿ ਰਹੇ ਕਿ ਮੇਰੇ ਵੀ 15 ਵੀਜ਼ੇ ਰਿਫਿਊਜ਼ ਹੋ ਗਏ ਜੀ, ਸੋ ਬੱਚਾ ਇੱਕ 'ਚੋਂ 5.5 ਬੈਂਡ ਲੈ ਕੇ ਓਵਰਆਲ 6 ਬੈਂਡ ਲੈ ਕੇ ਤੁਹਾਡੇ ਕੋਲ ਕਿਉਂ ਅਪਲਾਈ ਕਰੇ? ਸਿਰਫ ਇਹੀ ਕਾਰਨ ਆ ਕਿ ਤੁਸੀਂ ਪੈਸਾ ਨਹੀਂ ਖਰਾਬ ਹੁੰਦੇ ਹੁੰਦੇ ਬੱਚੇ? ਮੈਂ ਤਾਂ ਦੇਖੋ ਵੈਸੇ ਤਾਂ ਮਨੀਸ਼ ਜੀ, ਮੈਂ ਘਰੇ ਖੋਲੀ ਨਹੀਂ, ਜੇ ਮੇਰੇ 1 'ਚ 5.5 ਬੈਂਡ ਵਾਲੇ ਵੀਜ਼ੇ ਰਿਫਿਊਜ਼ ਹੋਏ ਆ ਤਾਂ ਇਹਦਾ ਮਤਲਬ ਤੁਹਾਡੇ ਵੀ ਹੋਣਗੇ, ਇਹਦਾ ਮਤਲਬ ਤੀਜੇ ਦੇ ਵੀ ਹੋਣਗੇ, ਚੌਥੇ ਦੇ ਵੀ ਹੋਣਗੇ। ਮੈਂ ਤਾਂ ਹੈਰਾਨ ਹਾਂ, ਅਜੇ ਤੱਕ ਕਿਸੇ ਨੇ ਕਿਹਾ ਨਹੀਂ ਕਿ ਸਾਡੇ ਕੋਈ ਵੀਜ਼ੇ ਰਿਫਿਊਜ਼ ਹੋਏ ਆ ਜਾਂ ਨਹੀਂ ਹੋਏ, ਇਹ ਤੁਹਾਨੂੰ ਅਗਲੇ 10-15 ਦਿਨ 'ਚ ਪਤਾ ਲੱਗ ਜੂਗਾ। ਸੋਸ਼ਲ ਮੀਡੀਆ 'ਤੇ 1-5 ਬੈਂਡ ਵਾਲੇ ਜਾਂ 5.5 ਇੰਚ ਵਾਲਿਆਂ ਦੇ ਬੜੇ ਵੀਜ਼ੇ ਦੇਖਦੇ ਰਹੇ, ਜੇ ਸੋਸ਼ਲ ਮੀਡੀਆ 'ਤੇ ਵੀਜ਼ੇ ਲੱਗਦੇ ਹੁੰਦੇ ਤਾਂ ਅੱਜ ਪੰਜਾਬ ਤਾਂ ਰਹਿੰਦਾ ਹੀ ਨਾ ਇੱਥੇ, ਪੰਜਾਬ ਤਾਂ ਸਾਰਾ ਖਾਲੀ ਹੋਇਆ ਹੁੰਦਾ ਅਤੇ ਸਾਰੇ
ਬੈਠੇ ਹੁੰਦੇ ਜਿਸ ਹਿਸਾਬ ਨਾਲ ਸੋਸ਼ਲ ਮੀਡੀਆ 'ਚ ਅੱਗੇ ਨਾ ਇੱਕ ਬੰਦਾ ਮੈਨੂੰ ਕਹਿੰਦਾ ਸੀ ਪੰਜਾਬ ਤੋਂ ਨਾ ਜਦੋਂ ਵਿਜ਼ਟਰ ਵੀਜ਼ੇ 'ਤੇ ਲੋਕ ਜਾਂਦੇ ਸੀ ਮੈਨੂੰ ਕਿਸੇ ਨੇ ਗੱਲ ਕਹੀ ਕਹਿੰਦਾ ਯਾਰ ਨਾ ਕੈਨੇਡੀਅਨ ਹਾਈ ਕਮਿਸ਼ਨ ਕਹਿੰਦੀ ਕਿ ਪੰਜਾਬ 'ਚ ਟੋਟਲ 19 ਜ਼ਮੀਨ ਨਹੀਂ ਹੈਗੀ ਜਾਂ ਪੂਰੇ ਹਿੰਦੁਸਤਾਨ 'ਚ ਟੋਟਲ 19 ਜ਼ਮੀਨ ਨਹੀਂ ਹੈਗੀ ਜਿੰਨੀ ਜ਼ਮੀਨ ਪੰਜਾਬੀਆਂ ਨੇ ਅੰਬੈਸੀ 'ਚ ਦਿਖਾ ਦਿਖਾ ਕੇ ਵੀਜ਼ੇ ਲੈ ਲਏ ਉਹ ਮੈਨੂੰ ਹੁਣ ਇੱਦਾਂ ਲੱਗਦਾ ਪੰਜਾਬ 'ਚ ਟੋਟਲ 19 ਬੰਦੇ ਨਹੀਂ ਹੈਗੇ ਜਿੰਨੇ ਕੁ ਪੰਜਾਬ ਦੇ ਏਜੰਟਾਂ ਨੇ ਸੋਸ਼ਲ ਮੀਡੀਆ 'ਤੇ ਵੀਜ਼ੇ ਦਿਖਾ ਦਿਖਾ ਕੇ ਕਹਿਤਾ ਕਿ ਅਸੀਂ ਸਟੂਡੈਂਟ ਵੀਜ਼ਾ 'ਤੇ ਭੇਜਤੇ ਉਹਨੇ ਤਾਂ ਸ਼ਾਇਦ ਕੋਈ ਦਾਦਾ ਦਾਦੀ ਅਤੇ ਕਿਸੇ ਦੇ ਮਾਂ ਪਿਓ ਵੀ ਸਾਰਿਆਂ ਦੀ ਗਿਣਤੀ ਕਰ ਲਈਏ ਨਾ ਨਿਆਣਿਆਂ ਦੀ ਵੀ ਗਿਣਤੀ ਕਰ ਲਈਏ ਉਨੀ ਜਨਤਾ ਤਾਂ ਵੀ ਨਹੀਂ ਹੋਣੀ ਅਤੇ ਸੋਸ਼ਲ ਮੀਡੀਆ 'ਤੇ ਕਈ ਏਜੰਟਾਂ ਦੀ ਕੱਢ ਲਓ ਆ ਜਿੱਦਾਂ AIP ਵਾਲਾ ਜਦੋਂ ਸਿਸਟਮ ਸ਼ੁਰੂ ਹੋਇਆ ਉਹ ਹਜ਼ਾਰਾਂ ਹੀ ਤਾਦਾਦ ਦੇ ਵਿੱਚ ਸਾਰਾ ਦਾ ਸਾਰਾ ਸਟਾਫ ਹੀ ਖੜਾ 20-25 ਜਿਹੜੇ AIP ਇੱਕ ਦੇ ਹੱਥ 'ਚ 10-10 ਫੜੀਆਂ ਹੋਈਆਂ ਨਾ ਉਹ AIPਆਂ ਕਨਵਰਟ ਹੋਈਆਂ ਕਿਸੇ ਨੇ ਪਾਸਪੋਰਟ ਨਹੀਂ ਦਿਖਾਏ ਕਿ ਵੀਜ਼ਾ ਲੱਗ ਗਿਆ ਜੀ ਸਾਡਾ ਨਹੀਂ ਲੱਗ ਗਿਆ ਉਹ ਆਵਾਜ਼ ਹੀ ਰਹਿ ਗਏ AIP ਕਿਉਂ ਉਹ ਪ੍ਰਿੰਟ ਹੀ ਕੱਢੇ ਹੋਏ ਸੀ ਸੋ ਦਿਖਾ ਦਿਖਾ ਕੇ ਬੇਵਕੂਫ ਬਣਾਉਣ ਵਾਲੀ ਗੱਲ ਹੈ ਇੱਦਾਂ ਇੱਦਾਂ ਦੇ ਲੋਕ ਦੇਖੇ ਆ ਕਿ ਯਾਰ ਮਾਰਕੀਟਿੰਗ 'ਚ ਐਕਸਪਰਟ ਨੇ ਇੱਕ ਵਾਰੀ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਆਪਣੇ ਘਰ ਜ਼ਰੂਰ ਬੁਲਾ ਲੈਣਾ ਆਪਣੇ ਦਫ਼ਤਰ ਜ਼ਰੂਰ ਬੁਲਾ ਲੈਣਾ ਉਸ ਤੋਂ ਬਾਅਦ ਤਾਂ ਤੁਸੀਂ ਫਸੇ ਹੀ ਪਏ ਹੋ ਉਸ ਤੋਂ ਬਾਅਦ ਕਿਸੇ ਨਾ ਕਿਸੇ ਤਰੀਕੇ ਤੁਹਾਡੇ ਕਾਗਜ਼ ਰੱਖ ਲੈਣੇ ਫਿਰ ਥੋੜ੍ਹੇ 10,000 ਲੈ ਲਿਆ ਫਿਰ 15,000 ਲੈ ਲਿਆ ਅੰਮ੍ਰਿਤਸਰ ਵਰਗੇ ਸ਼ਹਿਰ ਤੋਂ ਮੈਂ ਪਟਿਆਲੇ ਤੱਕ ਜਾਂਦੇ ਦੇਖਿਆ ਲੋਕਾਂ ਨੂੰ ਕਿ ਜਦੋਂ ਠੱਗੀ ਵਜਵਾਣੀ ਹੁੰਦੀ ਨਾ ਉਹਨਾਂ ਨੇ ਆਪਣੇ ਨਾਲ ਹੀ ਉਹਨਾਂ ਦਾ ਮਾੜਾ ਟਾਈਮ ਆਇਆ ਉਹਦਾ ਅੰਮ੍ਰਿਤਸਰ ਉੱਠਦੇ ਆ ਪਟਿਆਲੇ ਜਾਂਦੇ ਪਟਿਆਲੇ ਜਾ ਕੇ ਕਾਗਜ਼ ਦਿਖਾਦੇ ਯਾਰ ਕੋਈ ਤੁਹਾਡੇ ਅੰਮ੍ਰਿਤਸਰ ਕੋਈ ਚੱਜ ਦਾ ਏਜੰਟ ਨਹੀਂ ਹੈਗਾ ਨਹੀਂ ਪਰ ਹੋ ਸਕਦਾ ਪਟਿਆਲੇ ਵਾਲਾ ਏਜੰਟ ਉਹਨਾਂ ਨੂੰ ਸਭਾ ਜਵਾਬ ਵਿਖਾਉਂਦਾ ਹੋਵੇ ਕਿ ਤੇਰੇ ਅਗਰ ਇੱਕ 'ਚੋਂ 5.5 2 ਚੋਂ 5.5 ਤਿੰਨਾਂ 'ਚੋਂ 5.5 ਆਹ ਦੇਖੋ ਜੀ ਮੈਂ 50 ਵੀਜ਼ੇ ਲੈ ਕੇ ਦਿੱਤੇ ਆ ਤਾਂ ਉਹ ਖਿੱਚ ਉਹਨਾਂ ਨੂੰ ਲੈ ਜਾਂਦੀ ਉੱਥੇ ਕੋਈ ਇੱਦਾਂ ਦੀਆਂ ਚੀਜ਼ਾਂ ਇਹੀ ਚੀਜ਼ਾਂ ਰੋਕਣ ਲਈ ਤਾਂ ਵਾਰ ਵਾਰ ਆ ਕੇ ਬੋਲਦੇ ਹਾਂ ਕਿ ਭਾਈ ਰੱਬ ਦਾ ਹੀ ਵਾਸਤਾ ਪੈਸੇ ਨਾ ਦਿਓ ਪੈਸੇ ਦਿਓਗੇ ਤਾਂ ਫਿਰ ਚਾਹੇ ਪਟਿਆਲੇ ਚੱਲ ਜਾਓ ਅਤੇ ਫਿਰ ਚਾਹੇ ਪਟਨਾ ਚੱਲ ਜਾਓ ਫਿਰ ਤਾਂ ਪੈਸੇ ਖਰਾਬ ਕਰਕੇ ਆਓਗੇ ਸਗੋਂ ਪਟਿਆਲੇ ਜਾ ਕੇ ਅੰਮ੍ਰਿਤਸਰ ਹੋਰ ਜ਼ਿਆਦਾ ਨੁਕਸਾਨ ਹੋਣਾ ਦਿਹਾੜੀ ਜਿਹੜੀ ਟੁੱਟਣੀ ਰੋਜ਼ ਦੀ ਉਹ ਵੱਖਰੀ ਆ ਚੰਗੇ ਪੈਸੇ ਹੀ ਦੇਣੇ ਤਾਂ ਅੰਮ੍ਰਿਤਸਰ ਦੇ ਦਿਓ ਚੰਗ ਪੈਸੇ ਹੀ ਦੇ ਕੇ ਖਰਾਬ ਕਰਨੇ ਘੱਟੋ ਘੱਟ ਦਿਹਾੜੀਆਂ ਹੀ ਬਚਾ ਲਓ ਅੰਮ੍ਰਿਤਸਰ ਹੀ ਦੇ ਦਿਓ ਕਿਸੇ ਏਜੰਟ ਨੂੰ ਉਹਦਾ ਗਰੀਬ ਦੇ ਵੀ ਦਿਆਣੇ ਨੇ ਉਹ ਵੀ ਆਪਣੀ ਕੋਈ ਦੁਕਾਨਦਾਰੀ ਚਲਾ ਲੂਗਾ ਅੰਮ੍ਰਿਤਸਰ ਉੱਠਦੇ ਨੇ ਜੀ ਪਟਿਆਲੇ ਜਾ ਕੇ ਦੇ ਕੇ ਆਉਣਾ ਅੰਮ੍ਰਿਤਸਰ ਉੱਠਦੇ ਨੇ ਜੀ ਮੈਂ ਜਾ ਕੇ ਮੁਹਾਲੀ ਜਾ ਕੇ ਆਉਂਦਾ ਉਹ ਬਠਿੰਡੇ ਉਹ ਸਟੂਡੈਂਟ ਉੱਠਦਾ ਬਠਿੰਡੇ ਚੱਲ ਜਾਂਦਾ ਜੀ ਮੈਂ ਚੰਡੀਗੜ੍ਹ ਜਾ ਕੇ ਆਉਂਦਾ ਮੇਰੇ ਤਾਂ ਸਮਝ ਨਹੀਂ ਲੱਗਦੀ ਭਾਈ ਵੀਜ਼ਾ ਅਪਲਾਈ ਕਰਨਾ ਤੁਹਾਡੇ ਸ਼ਹਿਰ 'ਚ ਵੀ ਹਰ ਸ਼ਹਿਰ ਦੇ ਵਿੱਚ ਕੋਈ ਚੰਗਾ ਕੰਸਲਟੈਂਟ ਹੋਊਗਾ ਕੋਈ ਨਾਲ ਦੇ ਸ਼ਹਿਰ 'ਚ ਚੱਲ ਜਾਓ ਅੰਮ੍ਰਿਤਸਰੋਂ ਤੁਰਿਆ ਬੰਦਾ ਜਲੰਧਰ ਲੁਧਿਆਣਾ ਕਿੱਥੋਂ ਕਿੱਥੋਂ ਹੋ ਕੇ ਤੁਸੀਂ ਪਹੁੰਚ ਜਾਂਦੇ ਹੋ ਪਟਿਆਲੇ ਤੱਕ ਸੋ ਕਹਿਣ ਦਾ ਮਤਲਬ ਇਹ ਹੈ ਕਿ ਕੋਸ਼ਿਸ਼ ਕਰੋ ਕਿ ਪੈਸੇ ਜਿਹੜੇ ਹੈਗੇ ਆਪਣੇ ਆਪਣੇ ਕੋਲ ਸਾਂਭ ਕੇ ਰੱਖੋ ਵੀਜ਼ਾ ਕਿਹਦਾ ਲੱਗਣਾ ਕਿਹਦਾ ਨਹੀਂ ਲੱਗਣਾ ਉਹ ਤੁਹਾਡੇ ਕਾਗਜ਼ਾਂ 'ਤੇ ਡਿਪੈਂਡ ਕਰਦਾ ਉਹ ਅੰਬੈਸੀ 'ਤੇ ਡਿਪੈਂਡ ਕਰਦਾ ਕਿ ਕੋਈ ਰੈਗੂਲੇਸ਼ਨ ਵੱਧ ਗਈ ਕੋਈ ਘੱਟ ਗਈ ਐਡਮਿਸ਼ਨ ਤੁਹਾਨੂੰ ਕਿਹੜੇ ਕਾਲਜ ਯੂਨੀਵਰਸਿਟੀ 'ਚ ਮਿਲਣੀ ਉਸ ਕਾਲਜ ਯੂਨੀਵਰਸਿਟੀ ਦੀ ਮਰਜ਼ੀ ਹੈ ਕਿ ਤੁਹਾਨੂੰ ਦਾਖਲੇ ਦਾ ਮਤਲਬ ਵੀਜ਼ਾ ਨਹੀਂ ਹੁੰਦਾ ਸੋ ਛੋਟੀਆਂ ਛੋਟੀਆਂ ਚੀਜ਼ਾਂ ਵਾਰ ਵਾਰ ਇਹੀ ਕਹੀਦੀਆਂ ਕਿ ਜਿੰਨਾ ਆਪਣਾ ਖਿਆਲ ਆਪ ਰੱਖ ਸਕਦੇ ਹੋ ਰੱਖ ਲਓ ਬਗਾਨੇ ਪੁੱਤ ਨੇ ਤੁਹਾਡੇ ਪੈਸਿਆਂ ਦਾ ਕੋਈ ਬਚਾਅ ਨਹੀਂ ਕਰਨਾ ਉਹ ਤਾਂ ਆਪ ਘਰੋਂ ਕਮਾਨ ਨਿਕਲਿਆ ਉਹ ਦੋ ਪੈਸੇ ਤੁਹਾਡੇ ਤੋਂ ਲੈ ਕੇ ਘਰ ਜਾਊਗਾ ਜੀ ਪਰ ਕਹਿੰਦਾ ਸਾਹਿਬ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਇਲਮ ਆ ਕਿ ਤੁਹਾਡਾ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ ਪਰ ਪੰਗਾ ਕੀ ਹੈ ਪ੍ਰੋਬਲਮ ਕੀ ਹੈ ਸੋਸ਼ਲ ਮੀਡੀਆ ਨੇ ਹਰ ਇੱਕ ਬੰਦੇ ਨੂੰ ਕੰਸਲਟੈਂਟ ਬਣਾ ਦਿੱਤਾ ਹਰ ਇੱਕ ਬੰਦੇ ਨੂੰ ਵੀਜ਼ਾ ਐਕਸਪਰਟ ਬਣਾ ਦਿੱਤਾ ਅੱਗ ਲਾਓ ਫਿਰ ਇਹੋ ਜਿਹੇ ਸੋਸ਼ਲ ਮੀਡੀਆ ਨੂੰ ਬੰਦ ਕਰ ਦਿਓ ਆਪਣਾ ਫੇਸਬੁੱਕ ਇੰਸਟਾਗ੍ਰਾਮ ਯੂਟਿਊਬ ਬੰਦ ਕਰ ਦਿਓ ਜੇ ਉਹਨੂੰ ਦੇਖ ਕੇ ਤੁਹਾਡਾ ਨੁਕਸਾਨ ਹੀ ਹੋਣਾ ਪੈਣਾ ਅਲਟੀਮੇਟਲੀ ਬੱਚੇ ਨੂੰ ਜੋ ਚੀਜ਼ ਵਿਖਾਈ ਜਾਂਦੀ ਫੇਸਬੁੱਕ 'ਤੇ ਬੱਚੇ ਨੂੰ ਫੇਸਬੁੱਕ 'ਤੇ ਦਿਖਾਇਆ ਜਾਂਦਾ ਆਹ ਦੇਖੋ ਜੀ CIC ਦੀ ਵੈਬਸਾਈਟ ਦੇਖੋ ਇੱਥੇ ਕਿੱਥੇ ਲਿਖਿਆ 5.5 ਇੰਚ ਚਾਹੀਦੇ ਆ ਇੱਥੇ ਕਿੱਥੇ ਲਿਖਿਆ 5 ਬੈਂਡ ਚਾਹੀਦੇ ਇੱਥੇ ਕਿੱਥੇ ਲਿਖਿਆ GIC ਚਾਹੀਦਾ ਸੋ ਬੱਚਾ ਹੁਣ ਜੀ ਉਹ ਸੱਚ ਮੰਨਦਾ ਹਾਂ ਉਹੀ ਬੱਚਾ ਜਿਹੜਾ ਬਾਅਦ ਦੇ ਵਿੱਚ ਫਿਰ ਰਿਫਿਊਜ਼ਲ ਹੋ ਜਾਂਦੀ ਹੈ ਨਾਲੇ 1-1.5 ਲੱਖ ਰੁਪਇਆ ਖਰਾਬ ਕਰਦਾ ਨਾਲੇ ਰਿਫਿਊਜ਼ਲ ਦੇਦਾ ਫਿਰ ਅੱਖਾਂ 'ਚ ਘਸੁੰਨ ਦੇ ਰੋਂਦਾ ਫਿਰ ਪਹਿਲਾਂ ਹੀ ਆਪਾਂ ਇਹਨਾਂ ਚੀਜ਼ਾਂ ਦਾ ਖਿਆਲ ਰੱਖ ਲਈਏ CIC ਦੀ ਵੈਬਸਾਈਟ 'ਤੇ ਕਿਤੇ ਨਹੀਂ ਲਿਖਿਆ ਕਿ 5 ਬੈਂਡ 'ਚ ਵੀਜ਼ਾ ਨਹੀਂ ਲੱਗਦਾ 5.5 ਵੀਜ਼ਾ ਲੱਗਦਾ ਮੈਂ ਵੀ ਕਹਿੰਦਾ ਤੁਹਾਡਾ ਬਿਨਾਂ 5 ਬੈਂਡ ਦੇ ਵੀਜ਼ਾ ਲੱਗ ਸਕਦਾ ਕੈਨੇਡਾ ਦਾ ਬਿਨਾਂ IELTS ਦੇ ਵੀਜ਼ਾ ਲੱਗ ਸਕਦਾ ਕਰੋ ਯੂਨੀਵਰਸਿਟੀ ਆਫ ਕੈਨੇਡਾ ਦੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਅਪਲਾਈ ਕਰੋ ਮੈਕਗਿਲ ਯੂਨੀਵਰਸਿਟੀ ਦੇ ਵਿੱਚ ਅਪਲਾਈ ਦਾਖਲਾ ਹੀ ਨਹੀਂ ਮਿਲਦਾ ਤੁਹਾਨੂੰ ਕਿਉਂਕਿ 90-95% ਦੀ ਉਹਨਾਂ ਦੀ ਕੱਟ ਆਫ ਪੁਆਇੰਟ ਹੈ 90-95% ਤੁਹਾਡੇ ਹੈ ਨਹੀਂ CBSE ਬੋਰਡ ਤੋਂ 90-95% ਨੂੰ IELTS ਵੀ ਵੇਵ ਆਫ ਹੈ ਹੋਰ ਸਭ ਚੀਜ਼ਾਂ ਦਾ ਵੇਵ ਆਫ ਹੈ ਉਹਨੂੰ ਕੋਈ ਕੈਟਾਗਰੀ ਦਾ ਫਰਕ ਨਹੀਂ ਕਿ ਉਹ SDS 'ਚ ਅਪਲਾਈ ਕਰਦਾ ਕਿ ਜਨਰਲ 'ਚ ਕਰਦਾ ਕਿ ਕਿਹਦੇ 'ਚ ਕਰਦਾ ਉਹਦਾ ਵੀਜ਼ਾ ਵੀ ਲੱਗਣਾ ਉਹਦੀ ਉਹਨੂੰ ਸਕਾਲਰਸ਼ਿਪ ਵੀ ਮਿਲਣੀ ਆ ਉਹਨੇ ਜਾ ਕੇ ਪੜ੍ਹਾਈ ਵੀ ਕਰਨੀ ਉਹਨੂੰ ਨਹੀਂ ਲੋੜ ਹੈਗੀ IELTS ਦੀ ਤੁਸੀਂ ਇੱਥੋਂ ਅਪਲਾਈ ਕਰਨਾ ਇੱਕ ਕਮਿਊਨਿਟੀ ਕਾਲਜ ਦੇ ਵਿੱਚ ਜਾਂ ਇੱਕ ਮੌਂਟਰੀਅਲ ਦੇ ਕਾਲਜ ਦੇ ਵਿੱਚ ਜਿਹਦੇ ਵਿੱਚ ਜਾ ਕੇ ਤੁਸੀਂ ਇੱਕ ਡਿਪਲੋਮਾ ਪੜ੍ਹਨ ਜਾਣਾ ਹੌਸਪਿਟੈਲਿਟੀ ਦਾ ਬਿਜ਼ਨਸ ਦਾ ਆਟੋਮੋਟਿਵ ਦਾ ਫਲਾਣਾ ਢਿਮਕਣਾ ਉਹ ਤੁਹਾਨੂੰ ਲੋੜ ਹੈ IELTS ਦੀ ਤੁਹਾਡੇ ਵਰਗੇ ਲੋਕਾਂ ਲਈ ਉਹ ਕੈਟਾਗਰੀ ਬਣੀ ਹੈ ਕਿ 6C ਵਾਲਾ ਬੱਚਾ SDS ਕੈਟਾਗਰੀ ਮੇ ਜਾਏਗਾ ਉਹ ਤੁਹਾਡੇ ਕਰਕੇ ਬਣੀ ਉਹ ਇਸ ਕਰਕੇ ਨਹੀਂ ਬਣੀ ਕਿ ਜਿਹੜਾ 90-95% ਵਾਲਾ ਬੱਚਾ CBSE ਬੋਰਡ ਤੋਂ ਪੜ੍ਹਿਆ ਉਹਦੇ ਲਈ ਨਹੀਂ ਬਣੀ ਉਹਨੂੰ ਨਹੀਂ ਲੋੜ ਹੈਗੀ ਵਰਲਡ ਦੀ ਕਿਸੇ ਵੀ ਯੂਨੀਵਰਸਿਟੀ 'ਚ ਪੜ੍ਹਾਈ ਕਰਨ ਲਈ IELTS ਦੀ ਨਾ ਆਸਟ੍ਰੇਲੀਆ ਨਾ ਕੈਨੇਡਾ
ਭਵਿੱਖ ਬਣਾਉਣਾ ਚਾਹੁੰਦਾ ਹੈ। ਚਲੋ ਖਾਨਾ ਸਾਹਿਬ, ਆਪਾਂ ਇੱਥੇ ਗੱਲਾਂ ਕਰਨੀਆਂ, ਹੋਕਾ ਦੇ ਜਾਣਾ, ਮਰਜ਼ੀ ਲੋਕਾਂ ਦੀ ਸਮਝਣਾ ਨਹੀਂ ਸਮਝਣਾ। ਅਸੀਂ ਲੋਕਾਂ ਨੂੰ ਇਹੀ ਕਹਿੰਦੇ ਹਾਂ ਕਿ ਜਾਣਕਾਰੀ ਲੈਣੀ ਹੈ, ਫੋਨ 'ਤੇ ਜਾਣਕਾਰੀ ਜ਼ਰੂਰ ਲੈ ਲਓ। ਤੁਸੀਂ ਕੇਸ ਅਪਲਾਈ ਕਰ ਲਿਆ ਹੈ, ਕਰਨਾ ਹੈ 9216-9167 ਨੰਬਰ 'ਤੇ ਜ਼ਰੂਰ ਕਾਲ ਕਰ ਲਓ। ਓਮ ਗਲੋਬਲ ਤੋਂ ਪੁਨੀਤ ਖਾਨਾ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ, 9216-9167-92161-92167। ਕਹਿੰਦਾ ਸਾਹਿਬ, ਜਿਵੇਂ ਮੈਂ ਹੁਣ ਕਿਹਾ ਕਿ ਅਸੀਂ ਹੋਕਾ ਦੇ ਜਾਣਾ, ਲੋਕਾਂ ਨੇ ਮੰਨਣਾ ਹੈ ਨਾ ਮੰਨਣਾ, ਉਹਨਾਂ ਦੀ ਮਰਜ਼ੀ ਹੈ। ਕਿਸੇ ਨੇ ਸੋਸ਼ਲ ਮੀਡੀਆ ਖੋਲ੍ਹ ਕੇ ਵਿਖਾਉਣਾ ਹੈ, ਕਿਸੇ ਨੇ CIC ਦੀ ਵੈਬਸਾਈਟ ਖੋਲ੍ਹ ਕੇ ਵਿਖਾਉਣੀ ਹੈ, ਕਿਸੇ ਨੇ ਕਹਿਣਾ ਯਾਰ ਵੇਖੋ ਵੀਜ਼ੇ ਸਾਡੇ ਲੱਗ ਗਏ, 50 ਮੇਰੀ EIPs ਆ ਗਈਆਂ। ਪਰ ਐਂਡ 'ਤੇ ਮੁੱਦਾ ਕੀ ਹੈ, ਸੌਥ ਰਸਾ ਸਿਰੇ 'ਤੇ ਗੰਢ ਕੀ ਹੈ, ਕਨੇਡਾ ਜਾਣ ਵਾਲੇ ਬੱਚੇ ਕਿਹੜੇ ਪ੍ਰੋਫਾਈਲ ਵਾਲਿਆਂ ਨੂੰ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ, ਕਿੰਨਾ ਨੂੰ ਗੁਰੇਜ਼ ਕਰਨੀ ਚਾਹੀਦੀ ਹੈ। ਅਲਟੀਮੇਟਲੀ ਅਸੀਂ ਹਰ ਸ਼ੋਅ 'ਚ ਇਹੀ ਕਹਿੰਦੇ ਹਾਂ ਕਿ ਵੀਜ਼ਾ ਦੇਣਾ ਨਾ ਦੇਣਾ ਅੰਬੈਸੀ ਦੇ ਹੱਥ 'ਚ ਆ, ਪਰ ਕਿਹੜਾ ਚੰਗਾ ਪ੍ਰੋਫਾਈਲ ਜਿਹਨੂੰ ਅਸੀਂ ਮੰਨਦੇ ਹਾਂ ਕਿ ਹਾਂ ਇਹਨੂੰ ਪ੍ਰੋਫਾਈਲ 'ਚੋਂ ਵੀਜ਼ਾ ਅਪਲਾਈ ਕਰਨ ਲਈ ਜਾਂ ਵੀਜ਼ਾ ਲਈ ਇੱਕ ਵਾਰ ਰਿਸਕ ਜ਼ਰੂਰ ਲੈ ਲੈਣਾ ਚਾਹੀਦਾ। ਦੇਖੋ ਅੱਜ ਦੀ ਰੋਜ਼ ਚੀਜ਼ ਚੇਂਜ ਹੁੰਦੀ ਆ, ਅੱਜ ਦੀ ਡੇਟ ਦੇ ਵਿੱਚ ਇੱਥੇ ਬਹਿ ਕੇ ਮੈਂ ਇਹ ਕਹੂੰਗਾ ਕਿ ਜੇ ਤੁਹਾਡੇ 6C 'ਚ ਬੈਂਡ ਹੈਗੇ ਆ ਤਾਂ ਵੀਜ਼ਾ ਅਪਲਾਈ ਕਰਿਓ, ਜੇ ਤੁਹਾਡੇ 1 'ਚ 5.5 ਹੈਗੇ ਆ ਫਿਰ ਹਵਾਵਾਂ ਦਾ ਰੁੱਖ ਦੇਖ ਲਿਓ। ਇਸ ਵੇਲੇ ਤੱਤੀਆਂ ਹਵਾਵਾਂ ਵਰਨ ਡੀਆਂ, ਜੇ ਬਾਹਰ ਦੇ ਮੌਸਮ ਦੀ ਗੱਲ ਨਾ ਕਰੋ, ਮੈਂ ਕੈਨੇਡੀਅਨ ਹਾਈ ਕਮਿਸ਼ਨ ਦੀ ਗੱਲ ਕਰਦਾ ਪਿਆ, ਲੂ ਨਾ ਲਵਾ ਕੇ ਬਹਿ ਜਾਇਓ। 1 'ਚ 5.5 ਬੈਂਡ ਵਾਲੇ ਦੀ ਰਿਫਿਊਜ਼ਲ ਆਉਂਦੀ ਪਈ ਆ। ਇਹ ਵੀਡੀਓ ਮੇਰੀ ਹੁਣ ਸੁਣ ਲਓ, ਸੇਵ ਕਰਕੇ ਰੱਖ ਲਿਓ, ਫੇਸਬੁੱਕ 'ਤੇ ਵੀ ਪਾਊਂਗਾ, ਹੋਰ ਹਫ਼ਤੇ 10 ਦਿਨ ਤੱਕ, ਹੋਰ 15 ਦਿਨ ਤੱਕ, 1 ਮਹੀਨੇ ਤੱਕ ਸਾਰਿਆਂ ਨੂੰ ਪਤਾ ਲੱਗ ਜੂਗਾ। ਸਾਰੇ ਕਹਿਣਾ ਸ਼ੁਰੂ ਕਰ ਦੂਗੇ ਕਿ 6C 'ਚ ਨਾਲ ਵੀਜ਼ਾ ਲੱਗਣਾ ਜੇ 6C 'ਚ ਤੋਂ ਘੱਟ ਵੀਜ਼ਾ ਨਹੀਂ ਲੱਗਣਾ। ਜੇ ਇਹ ਚੀਜ਼ ਚੇਂਜ ਹੋਊਗੀ ਆਉਣ ਵਾਲੇ ਫਿਊਚਰ ਦੇ ਵਿੱਚ, ਦੁਬਾਰਾ ਇਸੇ ਮੰਚ 'ਤੇ ਬਹਿ ਕੇ ਦੁਬਾਰਾ ਤੁਹਾਨੂੰ ਦੱਸ ਦਾਂਗੇ ਕਿ ਬਦਲ ਗਈ। ਮੈਨੂੰ ਚੇਤੇ ਆ 2019 ਦੇ ਵਿੱਚ 1 'ਚ 5.5 ਵਾਲੀ ਥਿਊਰੀ ਜਦੋਂ ਕੱਢੀ ਸੀ ਨਾ, ਉਦੋਂ ਲੋਕ ਕਹਿੰਦੇ ਯਾਰ ਇਹ ਕੀ ਨਵੀਂ ਚੀਜ਼ ਕੱਢ ਲਈ 1 'ਚ 5.5, ਸਿਰਫ ਓਵਰਆਲ 6 ਹੋਣੇ ਚਾਹੀਦੇ ਆ। ਬੜੇ ਲੋਕਾਂ ਨੇ ਉਦੋਂ ਵੀ ਨਖਿੱਦਿਆ ਸੀ ਕਿ ਨਹੀਂ ਨਹੀਂ ਇਹ ਤਾਂ ਐਵੇਂ ਨਵੀਂ ਸਟੋਰੀ ਸ਼ੁਰੂ ਕਰਤੀ, ਬਾਅਦ ਦੇ ਵਿੱਚ ਸਾਰਿਆਂ ਨੇ ਸ਼ੁਰੂ ਕਰਤਾ ਕਿ 1 'ਚ 5.5 ਹੋਊਗੇ ਤਾਂ ਵੀਜ਼ਾ ਅਪਲਾਈ ਕਰਨਾ। ਅੱਜ ਦੁਬਾਰਾ ਦੱਸਦਾ ਪਿਆ, ਓਵਰਆਲ 6 ਵੀਜ਼ਾ ਰਿਫਿਊਜ਼ਲ ਹੈ, 1 'ਚ 5.5 ਰਹਿ ਗਏ ਤਾਂ ਵੀ ਰਿਫਿਊਜ਼ਲ ਹੈ। 6E 'ਚ ਵਾਲਾ ਜਿਹੜਾ ਬੱਚਾ ਹੈਗਾ ਵਾ ਉਹਦਾ ਵੀਜ਼ਾ ਲੱਗਣਾ ਆਉਣ ਵਾਲੇ ਫਿਊਚਰ ਦੇ ਵਿੱਚ। ਇਹ ਚੀਜ਼ ਦੁਬਾਰਾ ਚੇਂਜ ਹੋ ਜੇ, ਅੰਬੈਸੀ ਲੀਨੀਅੰਟ ਹੋ ਜੇ, ਉਦੋਂ ਦੁਬਾਰਾ ਗੱਲ ਕਰ ਲਾਂਗੇ ਅਗਲੇ ਮਹੀਨੇ ਦੇ 1 ਮਹੀਨੇ ਦੇ ਅੰਦਰ ਅੰਦਰ। ਅੱਜ 22-23 ਜਨਵਰੀ ਹੈਗੀ ਆ, 22-23 ਫਰਵਰੀ ਤੱਕ ਆਪਣੇ 1 'ਚ 5.5 ਵਾਲਿਆਂ ਦੇ ਰਿਜ਼ਲਟ ਦੇਖ ਲਿਓ, ਆਪਣੇ ਆਂਢ ਗੁਆਂਢ ਦੇਖ ਲਿਓ, ਦੋਸਤਾਂ ਮਿੱਤਰਾਂ ਸੱਜਣਾਂ 'ਤੇ ਦੇਖ ਲਿਓ, ਤੁਹਾਨੂੰ ਪਤਾ ਲੱਗ ਜੂਗਾ। ਅੱਛਾ ਕਹਿੰਦਾ ਸਾਹਿਬ, ਇੱਕ ਛੋਟਾ ਸਵਾਲ ਆਖਰੀ, ਮਾਂ ਪਿਓ ਦੀ ਲਾਡਲੀ ਵੀ ਬਹੁਤ ਆ ਜਿਹੜੇ ਜਿੱਦੀ ਆ, ਉਹ ਕਹਿੰਦੇ ਸਾਡੇ 1 'ਚੋਂ 5.5 ਬੈਂਡ ਰਹਿ ਗਏ, ਇੱਕ ਵਾਰ ਆਇਲਸ ਕੀਤੀ, 2 ਵਾਰ ਆਇਲਸ ਕੀਤੀ, 3 ਵਾਰ ਆਇਲਸ ਕੀਤੀ, ਕਦੀ ਰੀਡਿੰਗ 'ਚ 5.5 ਬੈਂਡ ਰਹਿ ਗਏ, ਕਦੀ ਲਿਸਨਿੰਗ 'ਚ ਰਹਿ ਗਏ, ਕਦੀ ਸਪੀਕਿੰਗ 'ਚ ਰਹਿ ਗਏ, 3 ਵਾਰ ਆਇਲਸ ਕਰ ਲਈ, 1 'ਚੋਂ 5.5 ਬੈਂਡ ਰਹਿੰਦੇ ਆ, ਕੀ ਐਸੇ ਬੱਚਿਆਂ ਨੂੰ ਅਪਲਾਈ ਕਰ ਲੈਣਾ ਚਾਹੀਦਾ ਉਹਨਾਂ ਏਜੰਟਸ ਕੋਲੋਂ ਜਿਹੜੇ ਐਡਵਾਂਸ ਪੈਸਾ ਨਹੀਂ ਲੈਂਦੇ? ਜਿਹੜੇ ਐਡਵਾਂਸ ਪੈਸਾ ਨਹੀਂ ਲੈਂਦੇ, ਦੇਖੋ ਉਹ ਤੁਹਾਡੇ 'ਤੇ ਰਿਸਕ ਲੈਣ ਨੂੰ ਤਿਆਰ ਹੈ। ਜੇ ਉਹ ਬੰਦਾ ਅੱਜ ਦੀ ਡੇਟ 'ਤੇ ਤੁਹਾਡੇ 'ਤੇ ਰਿਸਕ ਲੈਣ ਨੂੰ ਤਿਆਰ ਹੈਗਾ ਕਿ ਯਾਰ ਤੇਰੇ ਨੰਬਰ ਠੀਕ ਹੈ, ਪੜ੍ਹਾਈ 'ਚ ਗੈਪ ਨਹੀਂ ਹੈਗਾ, ਚਲੋ 1 'ਚ 5.5 ਹੈ, ਮੈਂ ਕੋਸ਼ਿਸ਼ ਕਰਕੇ ਦੇਖਦਾ ਸ਼ਾਇਦ ਤੇਰਾ ਵੀਜ਼ਾ ਲੱਗ ਜੇ, ਤੁਹਾਡਾ ਪੈਸੇ ਦਾ ਤਾਂ ਕੋਈ ਨੁਕਸਾਨ ਨਹੀਂ ਨਾ, ਤੁਹਾਡੀ ਕਿਸੇ ਏਜੰਟ ਨਾਲ, ਕੋਈ ਮਾਸੀ ਚਾਚੀ ਦਾ ਤੁਹਾਡਾ ਮੁੰਡਾ ਨਹੀਂ ਹੈ ਨਾ, ਕੋਈ ਰਿਸ਼ਤੇਦਾਰੀ ਨਹੀਂ, ਉਹ ਤੁਹਾਡੇ 'ਤੇ ਚਾਹੇ 10,000 ਅੰਬੈਸੀ ਫੀਸ ਦਾ, ਚਾਹੇ ਕਾਲਜ ਦੀ ਫੀਸ ਦਾ, ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਉਹ ਤੁਹਾਡੇ 'ਤੇ ਆਪ ਇਨਵੈਸਟ ਕਰ ਰਿਹਾ, ਤਾਂ ਮਤਲਬ ਉਹਦਾ ਵੀ ਕੋਈ ਨੁਕਸਾਨ ਹੋਊਗਾ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋਊਗਾ। ਉਸ ਕੇਸ ਦੇ ਵਿੱਚ ਠੀਕ ਆ, ਤੁਹਾਨੂੰ ਸਮਝ ਲੱਗਦਾ ਕਿ ਯਾਰ ਨਹੀਂ ਮੇਰੇ ਬੱਸ ਦੀ ਨਹੀਂ 6C 'ਚ ਲੈਣਾ, ਮੈਂ ਆਇਲਟਸ ਇਸੇ ਸਕੋਰ 'ਤੇ ਅਪਲਾਈ ਕਰਨਾ, ਜ਼ਰੂਰ ਅਪਲਾਈ ਕਰ ਦਿਓ, ਕਹਿੰਦੇ ਨਾ ਬਾਕੀ ਤੇਰੇ ਭਾਗ ਲਿਖੀਏ, ਅਤੇ ਫਿਰ ਐਂਡ ਵਿੱਚ ਕੀ ਰਿਜ਼ਲਟ ਬਣਦਾ ਕੀ ਨਹੀਂ ਬਣਦਾ ਉਹ ਫਿਰ ਬਾਬੇ 'ਤੇ ਚੱਲਦਾ। ਜੀ, ਸੋ ਅਗਰ 1 'ਚੋਂ 5.5 ਬੈਂਡ ਆ ਕੇਸ ਅਪਲਾਈ ਕਰਨਾ ਚਾਹੁੰਦੇ ਹੋ, ਰਿਕਮੈਂਡੇਸ਼ਨ ਇਹੀ ਹੈ ਕਿ 6E 'ਚ ਲੈ ਲਓ। ਅਗਰ ਫਿਰ ਵੀ 1 'ਚੋਂ 5.5 ਬੈਂਡ 'ਤੇ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਉਸ ਏਜੰਟ, ਉਸ ਕੰਸਲਟੈਂਟ, ਉਸ ਵੀਜ਼ਾ ਮਾਹਰ ਕੋਲੋਂ ਅਪਲਾਈ ਕਰੋ ਜਿਹੜਾ ਤੁਹਾਡੇ ਕੋਲ ਐਡਵਾਂਸ 1 ਰੁਪਈਆ ਨਹੀਂ ਲੈਂਦਾ, ਜਿਹੜਾ 10-15-20-25 ਹਜ਼ਾਰ ਦੀ ਰਸੀਦ ਕੱਟਦਾ ਹੈ, ਪੈਸੇ ਲੈਂਦਾ ਹੈ ਕੰਪਨੀ ਫੀਸ ਦੇ ਨਾਮ 'ਤੇ, ਲੋਇਰ ਫੀਸ ਦੇ ਨਾਮ 'ਤੇ, CAQ ਸਬਮਿਸ਼ਨ ਫੀਸ ਦੇ ਨਾਮ 'ਤੇ, ਉਹਦੇ ਕੋਲੋਂ ਕੇਸਿਸ ਅਪਲਾਈ ਨਾ ਕਰੋ, ਕੇਸ ਉੱਥੋਂ ਅਪਲਾਈ ਕਰ ਲਓ ਜਿਹੜਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦਾ ਹੈ। ਜ਼ਿਆਦਾ ਜਾਣਕਾਰੀ ਲਈ 9216-9167 ਨੰਬਰ 'ਤੇ ਕਾਲ ਕਰ ਸਕਦੇ ਹੋ। ਖਾਨਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕਰਦਾ। ਸ਼ੁਕਰੀਆ ਜੀ।